ਇਮੀਗ੍ਰੇਸ਼ਨ ਅਪਡੇਟਸ ਤੇ ਅੱਜ ਦੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਕੁਲਦੀਪ ਇੱਕ ਵਾਰ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਆ ਜਾਣਾ ਤੁਹਾਡਾ ਆਪਣਾ ਸ਼ੋਅ ਇਮੀਗ੍ਰੇਸ਼ਨ ਅਪਡੇਟਸ ਲੈ ਕੇ। ਅੱਜ ਜੇ ਅਸੀਂ ਗੱਲ ਕਰਾਂਗੇ ਕੈਨੇਡਾ ਦੀ, ਕੈਨੇਡਾ ਜਿਹੜਾ ਪੰਜਾਬੀਆਂ ਦੀ ਸ਼ੁਰੂ ਤੋਂ ਇੱਕ ਡ੍ਰੀਮ ਡੈਸਟੀਨੇਸ਼ਨ ਰਿਹਾ, 3 ਪੀੜ੍ਹੀਆਂ ਜਿਹੜੀਆਂ ਅਸੀਂ ਕੈਨੇਡਾ ਦੇ ਵਿੱਚ ਪੰਜਾਬੀਆਂ ਦੀਆਂ ਦੇਖ ਸਕਦੇ ਹਾਂ, ਪਰ ਫਿਰ ਵੀ ਇੱਕ ਬਦਕਿਸਮਤੀ ਵਾਲੀ ਗੱਲ ਕਹੀਏ ਕਿ ਕੈਨੇਡਾ ਦੇ ਵਿੱਚ 3 ਪੀੜ੍ਹੀਆਂ ਹੋਣ ਦੇ ਬਾਵਜੂਦ ਅੱਜ ਵੀ ਅਸੀਂ ਕੈਨੇਡਾ ਜਾਣ ਲਈ ਮਿਸਗਾਈਡ ਹੋ ਰਹੇ ਹਾਂ, ਗਲਤ ਰਸਤੇ ਅਪਣਾਏ ਜਾ ਰਹੇ ਨੇ, ਬੱਚਿਆਂ ਦੇ ਲੱਖਾਂ ਰੁਪਏ ਬਟੋਰੇ ਜਾ ਰਹੇ ਨੇ, ਠੱਗੀ ਠੋਰੀ ਦਾ ਜਿਹੜਾ ਸਟੂਡੈਂਟ ਸ਼ਿਕਾਰ ਹੋ ਰਿਹਾ ਅਤੇ ਰਿਜੈਕਸ਼ਨਾਂ ਲਗਵਾ ਕੇ ਜਿਹੜਾ ਆਪਣਾ ਫਿਊਚਰ ਵੀ ਸਟੂਡੈਂਟ ਵੱਲੋਂ ਜਿਹੜਾ ਖਤਰੇ ਦੇ ਵਿੱਚ ਪਾਇਆ ਜਾ ਰਿਹਾ। ਨਾਲ ਹੀ ਗੱਲ ਕਰਾਂਗੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੀ ਐਕਸਪਰਟਸ ਜਿਹੜੇ ਸਾਡੇ ਨਾਲ ਅੱਜ ਮੌਜੂਦ ਨੇ ਗੋ ਗਲੋਬਲ ਤੋਂ ਨਵਨੀਤ ਜੀ ਨੇ ਸਵਾਗਤ ਕਰ ਲਿਆ। ਨਵਨੀਤ ਸਤਿ ਸ਼੍ਰੀ ਅਕਾਲ ਜੀ, ਕੁਲਦੀਪ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦੀ। ਜਿਵੇਂ ਕੁਲਦੀਪ ਨੇ ਪ੍ਰੋਗਰਾਮ ਦੇ ਆਗਾਜ਼ 'ਚ ਕਿਹਾ ਹੈ ਕਿ ਠੱਗੀ ਦਾ ਸ਼ਿਕਾਰ ਅੱਜ ਵੀ ਹੋ ਰਹੇ ਹਾਂ, ਕੁਲਦੀਪ ਇੱਥੇ ਮੈਂ ਐਡ ਕਰੂੰਗਾ ਠੱਗੀ ਦਾ ਸ਼ਿਕਾਰ ਕਈ ਵਾਰੀ ਅਸੀਂ ਆਪਣੀ ਕਰਨੀ ਕਰਕੇ ਵੀ ਹੋ ਰਹੇ ਹਾਂ। ਸੋ ਇਹ ਨਹੀਂ ਕਿ ਮੈਂ ਕਿਸੇ ਨੂੰ ਪ੍ਰੋਟੈਕਟ ਕਰ ਰਿਹਾ, ਕਿਸੇ ਦੇ ਵੱਲ ਦੀ ਗੱਲ ਕਰ ਰਿਹਾ। ਜਿਹੜੀ ਕੁਲਦੀਪ ਨੇ ਕਹੀ ਵੀ ਪੀੜ੍ਹੀ ਦਰ ਪੀੜ੍ਹੀ ਅਸੀਂ ਕੈਨੇਡਾ 'ਚ ਰਹਿਣ ਤੋਂ ਬਾਵਜੂਦ ਵੀ ਸ਼ਿਕਾਰ ਹੋ ਰਹੇ ਹਾਂ, ਇਹ ਇੱਕ ਸੈਡ ਗੱਲ ਹੈ। ਅਸੀਂ ਸਿਸਟਮ ਨੂੰ ਜੋ ਅੱਜ ਤੋਂ 10 ਸਾਲ ਪਹਿਲਾਂ ਸੀ ਜਾਂ 15 ਸਾਲ ਪਹਿਲਾਂ ਸੀ ਜਾਂ 5 ਸਾਲ ਪਹਿਲਾਂ ਸੀ ਜਾਂ 5 ਸਾਲ ਬਾਅਦ ਕੀ ਹੋਏਗਾ ਉਹਨੂੰ ਪ੍ਰੋਡਿਕਟ ਕਰਨਾ ਜਾਂ ਪੁਰਾਣੇ ਦੇ ਹਿਸਾਬ ਨਾਲ ਚੱਲਣਾ ਬਹੁਤ ਮੁਸ਼ਕਿਲ ਹੁੰਦਾ। ਅੱਜ ਜੇ ਕੈਨੇਡਾ ਨੇ ਪੰਜਾਬ ਨੂੰ ਇੱਕ ਚੰਗੀ ਅਫਜ਼ਰ ਦਿੱਤਾ, 2009 ਤੋਂ ਲੈ ਕੇ ਅੱਜ ਤੱਕ ਕੈਨੇਡਾ ਦਾ ਐਸ ਪੀ ਪੀ ਪ੍ਰੋਗਰਾਮ ਚੱਲਦਾ ਆ ਰਿਹਾ, ਹਰ ਇੰਟੇਕ 'ਚ ਰੌਲਾ ਪੈ ਜਾਂਦਾ ਜੀ ਐਤਕੀ ਬੰਦ ਹੋ ਜਾਣਾ। ਸੋ ਹਰ ਵਾਰੀ ਇੱਕ ਅਫਵਾਹਾਂ ਦਾ ਬਾਜ਼ਾਰ ਗਰਮ ਕੀਤਾ ਜਾਂਦਾ। ਸੋ ਕਿਤੇ ਨਾ ਕਿਤੇ ਆਪਾਂ ਇਹ ਸੋਚੀਏ ਵੀ ਜੇ 2009 ਤੋਂ ਲੈ ਕੇ ਅੱਜ ਤੱਕ ਚੱਲ ਰਿਹਾ ਉਹਦਾ ਰੂਪਾਂਕਨ ਬਦਲਦਾ ਜਾ ਰਿਹਾ, ਰੂਲ ਚੇਂਜ ਹੁੰਦੇ ਰਹਿੰਦੇ ਨੇ ਪਰ ਬੰਦ ਨਹੀਂ ਹੋਇਆ। ਸੋ ਇਹ ਕਿਤੇ ਨਾ ਕਿਤੇ ਇੱਕ ਚੰਗੀ ਕਾਲ ਹੈਗੀ ਹੈ ਕਿ ਆਪਾਂ ਠੱਗੀ ਤੋਂ ਬਚੇ ਰਹੀਏ, ਇੱਕ ਰਾਈਟ ਵੇ ਦੇ ਵਿੱਚ ਕੈਨੇਡਾ ਜਾਣ ਦੀ ਜਿਹੜੀ ਹੈ ਮੁਹਿੰਮ ਉਹਨੂੰ ਅਸੀਂ ਬਣਾਈਏ। ਸੋ ਮੈਂ ਇਨਟੇਕ ਦੀ ਜੇਕਰ ਗੱਲ ਕੀਤੀ ਜਾਏ, ਕਾਫੀ ਸਾਰੇ ਸਟੂਡੈਂਟ ਨੇ ਅਪਲਾਈ ਕੀਤਾ, ਕਾਫੀ ਸਾਰੇ ਗੋ ਗਲੋਬਲ ਦੇ ਨਾਲ ਜੁੜੇ ਹੋਰ ਵੀ ਬਹੁਤ ਸਾਰੇ ਕੰਸਲਟੈਂਟ ਨੇ, ਕਾਫੀ ਸਟੂਡੈਂਟ ਨੇ ਖੁਦ ਵੀ ਅਪਲਾਈ ਕੀਤਾ, ਹੁਣ ਕੀ ਹਾਲਾਤ ਨੇ, ਹੁਣ ਸੀਟਾਂ ਫੁੱਲ ਹੋ ਗਈਆਂ ਜਾਂ ਮਈ ਇਨਟੇਕ ਲਈ ਅੱਜ ਵੀ ਅਪਲਾਈ ਕੀਤਾ ਜਾ ਸਕਦਾ? ਕੁਲਦੀਪ ਟਾਵੀਂ ਟਾਵੀਂ ਸੀਟ ਹਾਲੇ ਵੀ ਹੈਗੀ ਹੈ, ਸੋ ਬਟ ਇਹ ਨਹੀਂ ਮੈਂ ਕਹਿੰਦਾ ਕਿ ਸਾਰੇ ਅਪਲਾਈ ਕਰ ਦਿਓ, ਜਿਹਨੂੰ ਆਪਣਾ ਮਨਪਸੰਦ ਕੋਰਸ ਮਿਲਦਾ ਜਾਂ ਸ਼ਹਿਰ ਮਿਲਦਾ ਉਹੀ ਅਪਲਾਈ ਕਰਿਓ, ਦੂਜਾ ਬੱਚਾ ਨਾ ਕਰਿਓ। ਮਈ ਇਨਟੇਕ ਖਤਮ ਨਹੀਂ ਹੋਈ ਹੈ, ਪਰ ਮੈਂ ਮਈ ਇਨਟੇਕ ਨੂੰ ਪ੍ਰਮੋਟ ਨਹੀਂ ਕਰ ਰਿਹਾ ਕਿ ਹੁਣੇ ਅਪਲਾਈ ਕਰੋ ਹੁਣੇ ਅਪਲਾਈ ਕਰੋ, ਬਟ ਮੈਂ ਇੱਕ ਰਿਐਲਿਟੀ ਇਹ ਰੱਖਣੀ ਚਾਹੁੰਦਾ ਮੂਹਰੇ ਵੀ ਆਪਾਂ 2014 ਪਾਸ ਆਊਟ ਹਾਂ ਜਾਂ 15 ਪਾਸ ਆਊਟ ਹਾਂ ਅਤੇ ਆਪਾਂ ਨੂੰ ਆਪਣਾ ਮਨਪਸੰਦ ਕੋਰਸ ਮਿਲ ਰਿਹਾ, ਸੋ ਫਿਰ ਆਪਾਂ ਸਪਟੈਂਬਰ ਦੀ ਵੇਟ ਨਾ ਕਰੀਏ। ਜੇ ਆਪਾਂ ਨੂੰ ਆਪਣਾ ਮਨਪਸੰਦ ਕੋਰਸ ਕਾਲਜ ਜਾਂ ਸ਼ਹਿਰ ਨਹੀਂ ਮਿਲ ਰਿਹਾ ਤਾਂ ਆਪਾਂ 2015 ਪਾਸ ਆਊਟ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਵੀਜ਼ਾਸ ਮਈ 'ਚ ਵੀ ਰਿਜੈਕਟ ਹੋਣੇ ਆ, ਵੀਜ਼ਾ ਸਪਟੈਂਬਰ 'ਚ ਵੀ ਗ੍ਰਾਂਟ ਹੋਣੇ ਆ, ਸੋ ਇਹ ਧਾਰਨਾ ਨਾ ਰੱਖੋ ਮਨ 'ਚ ਕਿ ਵੀਜ਼ਾ ਮਈ ਦੇ ਵਿੱਚ ਚਾਂਸਸ ਜ਼ਿਆਦਾ ਹੈ, ਸਪਟੈਂਬਰ 'ਚ ਘੱਟ ਹੈ, ਇੱਦਾਂ ਦਾ ਕੁਛ ਨਹੀਂ ਹੁੰਦਾ। ਪੁਆਇੰਟ ਜਿਹੜਾ ਰਹਿੰਦਾ ਉਹ ਇਹ ਰਹਿੰਦਾ ਕਿ ਆਪਾਂ ਚਾਹੁੰਦੇ ਕੀ ਹਾਂ, ਆਪਾਂ ਕੋਰਸ ਕਿਹੜਾ ਚਾਹੁੰਦੇ ਹਾਂ, ਆਪਣੀ ਅਕੈਡਮਿਕ ਪਰਸੈਂਟੇਜ ਕਿੰਨੀ ਹੈ। ਜੇ ਮੈਥ 'ਚੋਂ 40 ਨੰਬਰ ਨੇ ਉਹ ਸਪਟੈਂਬਰ 'ਚ ਵੀ ਮਾੜਾ ਹੈ, ਉਹ ਮਈ 'ਚ ਵੀ ਮਾੜਾ ਹੈ, ਉਹ ਜਨਵਰੀ 'ਚ ਵੀ ਮਾੜਾ ਹੈ। ਇਨਟੇਕ ਦੇ ਉੱਪਰ ਇਸ ਚੀਜ਼ ਦਾ ਕੋਈ ਇੰਪੈਕਟ ਨਹੀਂ ਪੈਣਾ ਕਿ ਨਾ ਯਾਰ ਮੇਰੇ ਐਤਕੀ ਨੰਬਰ ਮਾੜੇ ਆ, ਸ਼ਾਇਦ ਮਈ 'ਚ ਆ ਜਾਊਂਗਾ। ਕਿਉਂਕਿ ਮੈਨੂੰ ਕੁਲਦੀਪ ਇੱਕ ਬੱਚੇ ਨੇ ਆ ਕੇ ਕਿਹਾ ਕਿ ਮੈਂ ਫਲਾਣੇ ਕੰਸਲਟੈਂਟ ਕੋਲ ਗਿਆ, ਮੈਂ ਕਿਹਾ ਅੱਛਾ ਚਲੋ ਬਹੁਤ ਵਧੀਆ ਕੀਤਾ, ਕਹਿੰਦਾ ਉਹ ਕਹਿੰਦਾ ਯਾਰ ਮਈ 'ਚ ਫਾਈਲ ਲਾ ਲੈ, ਮੈਂ ਕਿਹਾ ਕਿਉਂ, ਕਹਿੰਦਾ ਰਸ਼ ਜਿਹਾ ਘੱਟ ਹੁੰਦਾ। ਸੋ ਇਹੋ ਜਿਹੀ ਜਦੋਂ ਆਪਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਦੇ ਸੀ, ਸਟੂਡੈਂਟ ਆ ਗਿਆ ਆਪਣਾ ਗਾਹਕ ਬਣਿਆ ਤੇ ਉਹਨੂੰ ਕਰਕੇ ਪਰੇ ਕਰੋ। ਕੁਲਦੀਪ ਹੋਇਆ ਕਿ ਟੀਵੀ ਸ਼ੋਜ਼ ਕਾਫੀ ਦੇਰ ਤੋਂ ਚੱਲ ਰਹੇ ਸੀ, ਕਈ ਲੋਕਾਂ ਨੇ ਟੀਵੀ ਸ਼ੋਜ਼ ਨੂੰ ਬੜੇ ਕੇਅਰਫੁਲੀ ਅਬਜ਼ਰਵ ਕੀਤਾ, ਮੁੜ ਕੇ ਟੀਵੀ ਸ਼ੋਅ ਸਟਾਰਟ ਕੀਤੇ, ਬਹੁਤ ਚੰਗਾ ਕਦਮ ਲਿੱਤਾ। ਮੈਂ ਉਸ ਚੀਜ਼ ਹਰ ਕੰਪਨੀ ਜਿਹੜੀ ਟੀਵੀ 'ਤੇ ਪੈਂਦੀ ਹੈ ਇਨਫੋਰਮੇਸ਼ਨ ਦਿੰਦੀ ਉਹਦੇ 'ਚ ਚੰਗੀ ਗੱਲ ਹੈ, ਬਟ ਚਾਹੇ ਮੈਂ ਹਾਂ ਚਾਹੇ ਕੋਈ ਹੋਰ ਹੈ, ਜਿਹੜਾ ਮਰਜ਼ੀ ਹੋਵੇ ਫੈਸਲਾ ਆਪ ਦਾ ਲਿਓ। ਜਿਹੜੀ ਗੱਲ ਮੈਂ ਕਹਿ ਰਿਹਾ ਉਹਦਾ ਵੈਰੀਫਿਕੇਸ਼ਨ ਕਰੋ ਨੈੱਟ 'ਤੇ, ਕਿੰਨਾ ਕੁ ਜ਼ੋਰ ਲੱਗਦਾ। CIC ਦੀ ਵੈਬਸਾਈਟ ਹੈ, ਕਹਾਂ ਆਪਾਂ ਗੂਗਲ ਤੋਂ ਕਾਰਾਂ ਕੱਢ ਲਈਆਂ, ਗਾਣੇ ਡਾਊਨਲੋਡ। ਮੈਂ ਇੱਕ ਨਿਆਣੇ ਨੂੰ ਹੱਸਦਾ ਸੀ ਕੁਲਦੀਪ, ਮੈਂ ਕਹਿੰਦਾ ਭਾਅ ਜੀ ਫਲਾਣਾ ਗਾਣਾ, ਮੈਂ ਕਿਹਾ ਯਾਰ ਗਾਣਾ ਕਿਵੇਂ ਡਾਊਨਲੋਡ ਕਰੀਦਾ, ਉਹਨੇ ਮਿੰਟ 'ਚ ਪੇ ਦੇ ਪੁੱਤ ਨੇ ਮੈਨੂੰ 4 ਤਰੀਕੇ ਦੱਸਦੇ। ਮੈਂ ਉਹਨੂੰ ਪੁੱਛਣਾ ਤਾਂ ਸੀ ਵੀ ਆਪਣੇ ਕੋਰਸ ਬਾਰੇ ਸਰਚ ਨਹੀਂ ਹੋਈ ਤੇਰੇ ਤੋਂ, ਡੈਡੀ ਮੰਮੀ ਦਾ ਫੋਨ ਲੈ ਕੇ ਹੁਣ ਤੁਸੀਂ ਵਟਸਐਪ ਡਾਊਨਲੋਡ ਕਰ ਦੋਗੇ, ਸਭ ਕੁਝ ਕਰ ਦੋਗੇ, ਆਪਣੀ ਕੋਰਸ ਆਪਣੀ ਵੀਜ਼ੇ ਦੀ ਕੰਡੀਸ਼ਨਾਂ ਬਾਰੇ ਸਰਚ ਕਿਉਂ ਨਹੀਂ ਹੁੰਦੀ? ਇਹੀ ਦਿੱਲੀ ਬੰਬੇ ਚੇਨਈ ਦਾ ਬੱਚਾ ਜਦੋਂ ਆਉਂਦਾ ਜਿਹੜੀ ਰਿਸਰਚ ਕਰਕੇ ਆਉਂਦਾ, ਮੈਂ ਇੱਕ ਨੁਮਾਇੰਦਿਆਂ ਨਾਲ ਬੈਠਾ ਸੀ ਜਿਹੜੇ ਚੇਨਈ ਤੋਂ ਵਾਪਸ ਆਏ ਸੀ ਤਾਜ਼ੇ ਤਾਜ਼ੇ, ਕਹਿੰਦਾ ਯਾਰ ਚੇਨਈ ਤੋਂ ਪੰਜਾਬ ਜਾ ਕੇ ਕਿੱਦਾਂ ਲੱਗ ਰਿਹਾ? ਕਹਿੰਦਾ ਯਾਰ ਬਹੁਤ ਫਰਕ ਹੈ। ਮੈਂ ਕਿਹਾ ਮੌਸਮ ਦਾ? ਮੈਂ ਵੀ ਹਾਸੇ 'ਚ ਗੱਲ ਟਾਲੀ, ਕਹਿੰਦਾ ਨਹੀਂ ਸੋਚਦਾ। ਕਹਿੰਦਾ ਅੱਜ ਵੀ ਬੱਚਾ ਜਦੋਂ ਸਾਡੇ ਕੋਲ ਆਉਂਦਾ, ਚਾਹੇ ਬੰਬੇ ਹੈ ਚਾਹੇ ਕੈਲਕਟਾ ਚੇਨਈ ਦਿੱਲੀ, ਆ ਕੇ ਇੱਕ ਸੈਂਸੇਬਲ ਸਵਾਲ ਪੁੱਛਦਾ। ਤਰਾਸਦੀ ਕੀ ਹੈ ਮੇਰਾ ਪੰਜਾਬ ਅੱਜ ਵੀ ਇਹੀ ਪੁੱਛਦਾ, ਵੀਜ਼ਾ ਆ ਜੂਗਾ ਜੀ, ਮੈਂ ਉੱਥੇ ਪਹੁੰਚ ਜੂੰਗਾ ਜੀ, ਪਹੁੰਚ ਕੇ ਪੱਕਾ ਹੋ ਜੂੰਗਾ ਜੀ? ਔਰ ਮਜੋਰਿਟੀ ਕੰਸਲਟੈਂਟ ਸਾਨੂੰ ਉਸ ਚੀਜ਼ ਦੀ ਹਾਂ ਕਹਿ ਕੇ ਫਸਾ ਲੂੰਗੇ। ਕੋਈ ਕਹੇਗਾ ਮੈਂ 10,000 ਪਹਿਲਾਂ ਲੈਣਾ, ਕੋਈ ਕਹਿੰਦਾ ਮੈਂ 20,000 ਬਾਅਦ 'ਚ ਲਊਂਗਾ, ਕੋਈ ਕਹਿੰਦਾ ਮੇਰੇ ਚਾਰਜਸ ਨਹੀਂ ਹੈ, ਕੋਈ ਕਿਸੇ ਤਰੀਕੇ ਜੂਏ ਖੇਡਦਾ। ਇਹਦਾ ਰੂਪਾਂਕਣ ਇੱਕ ਕੈਨੇਡੀਅਨ ਯੂਨੀਵਰਸਿਟੀ ਦੇ ਬੜੇ
ਕੋਈ ਇਹਨੂੰ ਜੂਆ ਸਮਝਦਾ। ਮੈਂ ਕਿਹਾ ਜੂਏ ਦਾ ਮਤਲਬ ਕੀ ਹੈ? ਕਹਿੰਦਾ ਬੰਦਾ ਕਹਿੰਦਾ ਵੀ ਮੈਂ ਇਹ ਕਹਿ ਦਿੰਦਾ ਕਿ ਮੇਰੇ ਕੋਈ ਚਾਰਜਸ ਨਹੀਂ ਹੈ ਜਾਂ ਮੇਰੇ ਚਾਰਜਸ ਬਾਅਦ 'ਚ ਹੈ ਜਾਂ ਮੇਰੇ ਚਾਰਜਸ ਘੱਟ ਹੈ। ਉਹ ਕਹਿੰਦਾ 200 ਫਾਈਲ ਇਕੱਠੀ ਖੇਡ ਕੇ ਜੂਆ ਖੇਡ ਲੈਂਦਾ ਕਿ ਯਾਰ 200 'ਚੋਂ 100 ਤਾਂ ਆ ਜਾਣੇ, ਚੱਲ ਇਹੀ ਬਹੁਤ ਸਹੀ। ਦੂਜੇ ਪਾਸੇ ਕਹਿੰਦਾ ਇੱਕ ਕੰਸਲਟੈਂਟ ਹੁੰਦਾ ਜਿਹੜਾ ਕਹਿੰਦਾ ਨਹੀਂ ਜੀ ਭਾਜੀ ਮੈਂ ਤਾਂ ਇੰਨੇ ਪੈਸੇ ਲਿੱਤੇ ਬਗੈਰ ਫਾਈਲ ਨਹੀਂ ਸ਼ੁਰੂ ਕਰਦਾ। ਅਸੀਂ ਕਹਿੰਦੇ ਉਹ ਮਾੜਾ, ਸ਼ਾਇਦ ਉਹ ਆਪਣੀ ਕੁਆਲਿਟੀ ਨੂੰ ਇੰਪਰੂਵ ਕਰਦਾ। ਸੋ ਮੈਂ ਨਹੀਂ ਕਹਿ ਰਿਹਾ ਕਿ ਲੈਣ ਵਾਲਾ ਮਾੜਾ ਜਾਂ ਨਾ ਲੈਣ ਵਾਲਾ ਮਾੜਾ। ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਵੀ ਜੇ ਅਸੀਂ ਇੰਨੇ ਕਨਫਿਊਜ਼ਡ ਹਾਂ ਐਜ਼ ਆ ਕੰਪਨੀ ਐਜ਼ ਆ ਕਾਲਜ, ਤਾਂ ਤੁਸੀਂ ਕਿੰਨੇ ਕਨਫਿਊਜ਼ਡ ਹੋਵੋਗੇ? ਸੋ ਸਮਝਣ ਦੀ ਲੋੜ ਇਹ ਹੈ ਕਿ ਮਈ ਇਨਟੇਕ ਹੈ ਚਾਹੇ ਜਨਵਰੀ ਹੈ ਚਾਹੇ ਸਪਟੈਂਬਰ ਹੈ, ਜਿਹੜੀ ਮਰਜ਼ੀ ਇਨਟੇਕ ਕਰ ਲਓ, ਵੀਜ਼ਾ ਤੁਹਾਡੀ ਕਾਬਲੀਅਤ 'ਤੇ ਆਉਣਾ। ਮੌਸਮ ਨਹੀਂ ਹੈ ਇਹ, ਹਾੜੀ ਸੋਣੀ ਨਹੀਂ ਹੈ ਵੀ ਹੁਣ ਕਣਕ ਹੋਊ ਉਂਚੋ ਨਾ ਹੋਊ, ਉਹ ਨਹੀਂ ਹੋਣਾ ਹੈ। ਸੋ ਕੁੱਲ ਮਿਲਾ ਕੇ ਇਹ ਹੈ ਵੀ ਜਿਹੜਾ ਵੀਜ਼ਾ ਆਉਣਾ ਉਹ ਤੁਹਾਡੀ ਲਿਆਕਤ 'ਤੇ ਆਉਣਾ, ਇਨਟੇਕਾਂ ਦਾ ਮੁਥਾਜ ਉਹ ਵੀਜ਼ਾ ਨਹੀਂ ਹੈ। ਸੋ ਕਾਫੀ ਇੱਕ ਗੰਭੀਰ ਗੱਲ ਜਿਹੜੀ ਨਵਨੀਤ ਭਾਜੀ ਨੇ ਅੱਜ ਦੱਸੀ ਕਿ ਸਟੂਡੈਂਟ ਜਿਹੜਾ ਪੰਜਾਬ ਦਾ ਸਟੂਡੈਂਟ ਖਾਸ ਤੌਰ ਉੱਤੇ ਅੱਜ ਵੀ ਉਹੀ ਸਵਾਲ ਨੇ, ਪੱਕੇ ਕਦੋਂ ਹੋ ਜਾਣਗੇ ਜਾਂ ਕਿੰਨੇ ਡਾਲਰ ਕਮਾ ਲਾਂਗੇ, ਕਿੰਨੇ ਲੱਖ ਦੇ ਵਿੱਚ ਜਾਇਆ ਜਾ ਸਕਦਾ, ਪੜ੍ਹਾਈ ਬਾਰੇ ਨੇ ਪੁੱਛਿਆ ਜਾ ਰਿਹਾ। ਬਾਕੀ ਸਟੇਟਾਂ ਕਾਫੀ ਅੱਗੇ ਲੰਘ ਚੁੱਕੀਆਂ ਨੇ, ਪਰ ਪੰਜਾਬ ਦਾ ਸਟੂਡੈਂਟ ਜੇ ਦੇਖੀਏ ਤਾਂ ਕਾਫੀ ਸਮੇਂ ਤੋਂ ਅਪਲਾਈ ਵੀ ਕਰ ਰਿਹਾ, ਜਾ ਵੀ ਰਹੇ ਨੇ ਤੇ ਕਾਫੀ ਕੰਟਰੀ ਦੇ ਵਿੱਚ ਪੜ੍ਹ ਵੀ ਰਹੇ ਨੇ ਸਟੂਡੈਂਟ, ਫਿਰ ਵੀ ਇਹ ਹਾਲਾਤ। ਕੁਲਦੀਪ, ਨੋ ਡਾਊਟ ਪੰਜਾਬ ਦਾ ਬੱਚਾ ਬਾਹਰ ਜਾ ਕੇ ਉਹਨਾਂ ਬੱਚਿਆਂ ਨਾਲੋਂ ਵੱਧ ਕਾਮਯਾਬ ਹੈ ਆਰਥਿਕ ਤੌਰ ਤੇ ਜਾਂ ਉੱਥੇ ਪੱਕੇ ਹੋਣ ਦੇ ਤੌਰ ਤੇ। ਵਿਦਿਅਕ ਤੇ ਵੀ ਬਹੁਤ ਸਾਰੇ ਬੱਚੇ ਸਾਡੇ ਚੰਗੇ ਨੇ, ਇਹ ਨਹੀਂ ਹੈ ਕਿ ਸਾਡੇ ਪੰਜਾਬ ਦੇ ਬੱਚੇ ਚੰਗੇ ਨਹੀਂ ਹੈ। ਇਹਦਾ ਉਦਾਹਰਣ ਮੈਂ ਦੇਣਾ ਚਾਹੁੰਦਾ ਵੀ ਸਪਟੈਂਬਰ ਇਨਟੇਕ ਵਾਸਤੇ ਮੇਰੇ ਕੋਲ ਯੂਨੀਵਰਸਿਟੀ ਆਈ, ਯੂਨੀਵਰਸਿਟੀ ਮੈਂ ਪਹਿਲਾਂ ਵੀ ਕਈ ਵਾਰੀ ਸ਼ੋਅ 'ਤੇ ਦੱਸਿਆ ਕਿ 16,000 ਦਾ ਸਕਾਲਰਸ਼ਿਪ ਤੱਕ ਬੱਚੇ ਨੂੰ ਪੜ੍ਹਾਈ ਦੇ ਬੇਸ 'ਤੇ ਦੇ ਕੇ ਜਾ ਰਹੀ ਹੈ। ਸੋ ਕਿਤੇ ਨਾ ਕਿਤੇ ਜੇ ਕੋਈ ਨੈਗੇਟਿਵਿਟੀ ਹੁੰਦੀ ਉਹ ਕਹਿੰਦੇ ਪੰਜਾਬ ਲੈਣਾ ਹੀ ਨਹੀਂ, ਪੰਜਾਬ ਦੇ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਦੇਣਾ। ਸੋ ਕੈਨੇਡੀਅਨ ਕੌਂਸਲੇਟ ਦਾ ਪੰਜਾਬ ਨਾਲ ਕੋਈ ਵੈਰ ਨਹੀਂ ਹੈ, ਇਹੋ ਜਿਹੀ ਕੋਈ ਡਾਇਰੈਕਸ਼ਨਸ ਨਹੀਂ ਅਸੀਂ ਸੁਣੀਆਂ ਕਿ ਪੰਜਾਬ ਨੂੰ ਵੀਜ਼ੇ ਨਹੀਂ ਦੇਣੇ, ਪੰਜਾਬ 'ਚ ਰੱਜ ਕੇ ਵੀਜ਼ਾ ਆਉਂਦੇ ਨੇ। ਜੇ ਅਸੀਂ ਇੱਕ ਜਨਵਰੀ 'ਚ ਖਾਸ ਕਰ ਧਾਰਨਾ ਬਣ ਗਈ ਜੀ ਇੱਥੇ ਰਿਜੈਕਸ਼ਨ ਬਹੁਤ ਹੋਈ, ਬਿਲਕੁਲ, ਸੋ ਜਦਕਿ ਉਹ ਸੱਚ ਨਹੀਂ ਹੈ, ਉਹ ਸੱਚ ਹੈ ਨਹੀਂ ਹੈ ਸੀ। ਕੁਲਦੀਪ, ਮੈਂ ਕਹਿੰਦਾ ਕੈਨੇਡਾ ਦੀ ਵੀ ਗੱਲ ਕਰਦਾ, ਉਹ ਸੱਚ ਨਾ ਹੋ ਕੇ ਵੀ ਸੱਚ ਹੈ, ਉਹਦਾ ਕਾਰਨ ਕੀ ਹੈ? ਮੇਰੇ ਅਲਫਾਜ਼ ਧਿਆਨ ਨਾਲ ਸੁਣ ਲਓ, ਉਹ ਸੱਚ ਨਾ ਹੋ ਕੇ ਵੀ ਸੱਚ ਜਾਂ ਹਕੀਕਤ ਹੈ। ਉਹਦਾ ਕਾਰਨ ਬੜਾ ਸਿੰਪਲ ਹੈ ਕਿ ਤੁਸੀਂ ਮੇਰੇ ਕੋਲ ਆਏ ਜਾਂ ਕਿਸੇ ਸੱਜਣ ਕੋਲ ਗਏ, ਉਹਨੇ ਕਿਹਾ ਭਰਾ ਮੇਰਾ ਤੇਰਾ ਕੈਨੇਡਾ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਤੇਰੇ ਦੇ ਕੰਪਾਰਟਮੈਂਟ ਸੀ ਜਾਂ ਤੇਰੀ ਪਰਸੈਂਟੇਜ ਲੋ ਸੀ ਜਾਂ ਤੇਰੇ ਅਕੈਡਮਿਕਸ ਲੋ ਨੇ ਜਾਂ ਤੇਰੀ ਰੈਲੇਵੈਂਸੀ ਨਹੀਂ ਹੈ, ਤੇਰਾ ਗੈਪ ਹੈ। ਦੂਜੇ ਕੋਲ ਗਏ, ਉਹਨੇ ਮਨਾ ਕਰਤਾ। ਤੀਜੇ ਕੋਲ ਗਏ, ਉਹਨੇ ਕਿਹਾ ਮੈਂ ਤਾਂ ਜਾਂ ਵਕੀਲ ਹਾਂ ਜਾਂ ਮੇਰੀ ਕੋਈ ਸੈਟਿੰਗ ਹੈ, ਇਹੋ ਜਿਹੇ ਹਾਸੇ ਤਰੀਕੇ ਨਾਲ ਫਸਾ ਕੇ ਉਹਨੇ ਹਾਂ ਕਰਾ ਲਈ। ਪਰ ਇੱਥੇ ਮੈਂ ਗੱਲ ਕਰਨਾਗਾ, ਪੰਜਾਬੀਆਂ ਦੀ ਜੇ ਫਿਤਰਤ ਦੇਖੀਏ ਨਾ, ਹਾਂ ਸੁਣਨ ਦੀ ਆਦਤ ਹੁੰਦੀ, ਜਿੱਥੇ ਹਾਂ ਸੁਣਿਆ ਉਹ ਸੱਚ ਲੱਗਦਾ, ਜਿੱਥੇ ਜੇ ਕੋਈ ਮਨਾ ਕਰਦਾ ਉੱਥੇ ਝੂਠ ਲੱਗਦਾ, ਜਿੱਥੇ ਆਪਾਂ ਨੂੰ ਕੌੜਾ ਕਿਹਾ ਗਿਆ ਉੱਥੇ ਆਪਾਂ ਨੂੰ ਲੱਗਦਾ ਵੀ ਖਬਰੇ ਦੇ ਕੋਲ ਸਕੀਮ ਨਹੀਂ ਹੈ। ਮੈਂ ਪਹਿਲਾਂ ਵੀ ਸ਼ੋਅ 'ਤੇ ਕਿਹਾ, ਮੈਨੂੰ ਇੱਕ ਬੰਦਾ ਕਹਿੰਦਾ, ਕਹਿੰਦਾ ਭਾਜੀ ਮੈਂ ਕੰਸਲਟੈਂਟ ਕੋਲ ਗਿਆ, ਮੈਂ ਕਿਹਾ ਜੀ ਹੁਣ ਤਾਂ ਨਵਨੀਤ ਭਾਜੀ ਨੇ ਮਨਾ ਕੀਤਾ, ਕਹਿੰਦਾ ਅੱਗੋਂ ਜਦਕਿ ਨਿਮਾਣਾ ਹੋ ਕੇ ਗੱਲ ਕਹਿ ਰਿਹਾ, ਕੋਈ ਮਾਨ ਨਾਲ ਨਹੀਂ ਕਹਿ ਰਿਹਾ, ਕਹਿੰਦਾ ਯਾਰ ਉਹ ਤਾਂ ਥੋਕ ਦੇ ਵਪਾਰੀ ਹੈ, ਉਹਨਾਂ ਕੋਲ ਇੱਕ ਅੱਧਾ ਤੇਰੇ ਵਰਗਾ ਨਾਮ ਵੀ ਜਾਵੇ ਕੀ ਫਰਕ ਪੈਂਦਾ, ਉਹਨਾਂ ਕੋਲ ਤਾਂ ਟਾਈਮ ਹੀ ਹੈ ਨਹੀਂ ਕੇਸ ਦੇਖਣ ਦਾ। ਭਰਾ ਮੇਰਾ ਪੂਰਾ ਟਾਈਮ ਹੈ ਕੇਸ ਦੇਖਣ ਦਾ, ਇਹੋ ਜਿਹਾ ਕੁਛ ਨਹੀਂ ਹੈ। ਮੈਂ ਵੀ ਵਾਰ ਵਾਰ ਕਹਿੰਦਾ ਉਹਨਾਂ ਮੇਰਾ ਬਿਜ਼ਨਸ ਹੈ, ਮੇਰਾ ਵਪਾਰ ਹੈ, ਪਰ ਝੂਠ ਦਾ ਵਪਾਰ ਨਹੀਂ ਹੈ। ਰਿਜੈਕਸ਼ਨ ਮੇਰੇ ਆਫਿਸ 'ਚ ਵੀ ਆਈਆਂ ਜਨਵਰੀ 'ਚ, ਰਿਜੈਕਸ਼ਨ ਮੇਰੇ ਆਫਿਸ 'ਚ ਮਈ 'ਚ ਵੀ ਆਉਣਗੀਆਂ, ਡਿਲੇ ਮੇਰੇ ਆਫਿਸ 'ਚ ਵੀ ਹੋਏ, ਹਰ ਇੱਕ ਦੇ ਆਫਿਸ 'ਚ ਹੋਏ ਹੋਣਗੇ। ਬਟ ਸਵਾਲ ਇਹ ਹੈ ਕਿ ਜਿਹਦੇ ਤੁਹਾਨੂੰ 4 ਬੰਦਿਆਂ ਨੇ ਜਾਂ 2 ਬੰਦਿਆਂ ਨੇ ਕਹਿਤਾ ਕਿ ਇਹ ਨਹੀਂ ਹੋਣਾ, ਜਾਂ ਇੱਕ ਨੇ ਵੀ ਕਿਹਾ ਵੀ ਯਾਰ ਆਹ ਟੈਕਨੀਕਲ ਆਸਪੈਕਟਸ ਆ, ਟਰਾਈ ਨਾ ਮਾਰ, ਆਪਾਂ ਰਿਫਿਊਜ਼ਲ ਕਰਾਈ, ਆਪਾਂ ਨੂੰ ਆਪਣੇ ਵਰਗੇ 4 ਰਿਫਿਊਜ਼ਲ ਵਾਲੇ ਹੋਰ ਮਿਲ ਗਏ, ਆਪਾਂ ਨੂੰ ਲੱਗਾ ਵੀ ਕੈਨੇਡਾ ਦੇ ਰਿਫਿਊਜ਼ ਹੀ ਬਹੁਤ ਹੋਣਗੇ। ਸੋ ਕੋਸ਼ਿਸ਼ ਇਹ ਕਰੀਏ ਕਿ ਆਪਾਂ ਜਿਹੜੀ ਵੀ ਏਜੰਟ ਨੇ ਗੱਲ ਕਹੀ, ਲੈਟਸ ਸੇ ਹੁਣ ਇੱਕ ਬੰਦੇ ਕੋਲ ਇਹਨੂੰ ਮੈਂ ਮਨਾ ਕਰਤਾ ਕਿ ਤੇਰਾ ਕੈਨੇਡਾ ਨਹੀਂ ਹੋਣਾ, ਮੈਨੂੰ ਆ ਕੇ ਕਹਿੰਦਾ, ਕਹਿੰਦਾ ਸਰ ਮੇਰਾ ਏਜੰਟ ਕਹਿੰਦਾ ਜੇ ਆਫਰ ਲੈਟਰ ਮਿਲ ਗਈ ਤਾਂ ਉਹ ਮਿਲ ਰਹੀ ਕਿ ਵੀਜ਼ਾ ਆਉਣਾ। ਪਰ ਮੈਨੂੰ ਇੱਕ ਗੱਲ ਦੱਸ ਮਿੱਤਰਾ, ਜੇ ਆਫਰ ਲੈਟਰ ਮਿਲਣ ਤੇ ਵੀਜ਼ਾ ਆਉਂਦਾ ਹੁੰਦਾ ਤਾਂ ਅੰਬੈਸੀ ਦਾ ਰੋਲ ਕਿੱਥੇ ਸੀ? ਅੰਬੈਸੀ ਕੀ ਚੈੱਕ ਕਰਦੀ ਹੈ? ਹਰ ਉਹ ਬੰਦਾ ਜਿਹਦਾ ਮੈਡੀਕਲ ਠੀਕ ਹੈ ਅਤੇ ਜਿਹਦੇ ਕੋਲ ਆਫਰ ਲੈਟਰ, ਉਹਨੂੰ ਵੀਜ਼ਾ ਕਿਉਂ ਨਹੀਂ ਦਿੱਤਾ ਜਾਂਦਾ? ਕਿਉਂ ਨਹੀਂ ਦਿੱਤਾ ਜਾਂਦਾ? ਇਹ ਗੱਲ ਸੋਚੋ, ਅੰਬੈਸੀ ਦੀ ਕਾਲ ਫਾਈਨਲ ਹੈ, ਕਾਲਜ ਦੇ ਆਪਣੇ ਪੈਰਾਮੀਟਰ ਨੇ। ਹੁਣ ਕਈ ਕਾਲਜ ਹੈ 6 ਬੈਂਡ 'ਤੇ ਪੋਸਟ ਗ੍ਰੈਜੂਏਟ ਲੈਂਦੇ ਆ, ਕਈ ਬੈਂਡ 6.5 ਬੈਂਡ 'ਤੇ ਲੈਂਦੇ ਪੋਸਟ ਗ੍ਰੈਜੂਏਟ, ਕਈ ਕਾਲਜ ਅੰਡਰ ਗ੍ਰੈਜੂਏਟ ਵੀ 6.5 'ਤੇ ਲੈਂਦੇ ਨੇ, ਕਈਆਂ ਦੀ ਪਰਸੈਂਟੇਜ 65 ਹੈ, ਕੋਈ 55 'ਤੇ ਵੀ ਲੈਂਦਾ, ਕੋਈ 45 'ਤੇ ਵੀ ਲੈਂਦਾ, ਕਾਲਜ ਦੇ ਆਪਣੇ ਪੈਰਾਮੀਟਰਸ ਨੇ। ਤੁਸੀਂ ਕਾਲਜ ਨੂੰ ਲੈ ਕੇ ਵੀ ਅੱਜ ਬੜੇ ਕਨਫਿਊਜ਼ਡ ਹੋ, ਕਿਉਂਕਿ ਅੱਜ ਕੱਲ੍ਹ ਕੀ ਹੋ ਗਿਆ, ਕਈ ਕਾਲਜਸ ਨੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਹਰ ਏਜੰਸੀ 'ਤੇ, ਉਹ ਨੰਬਰਸ ਦਾ ਪ੍ਰੈਸ਼ਰ ਹੋ ਜਾਂਦਾ। ਜਦੋਂ ਕਿਸੇ ਏਜੰਟ ਨੂੰ ਏਜੰਸੀ ਮਿਲਦੀ, ਉਹਨੂੰ ਹੁੰਦਾ ਕਿ ਯਾਰ ਮੈਂ ਵੱਧ ਤੋਂ ਵੱਧ ਬੱਚੇ ਇਹਨੂੰ ਦੇਵਾਂ। ਸੋ ਉਹ ਕਿਤੇ ਨਾ ਕਿਤੇ ਵੀਕ ਬੱਚੇ ਇੱਕੋ ਥਾਂ 'ਤੇ ਇਕੱਠੇ ਕਰਕੇ ਪਾ ਤਾ ਜਾਂਦੇ ਆ, ਔਰ ਰਿਫਿਊਜ਼ਲ ਦਾ ਅਕਸਰ ਉਹਦੇ ਕਰਕੇ ਸਾਹਮਣਾ ਕਰਨਾ ਪੈਂਦਾ, ਔਰ ਧਾਰਨਾ ਬਣ ਜਾਂਦੀ ਹੈ ਕਿ ਫਲਾਣੇ ਕਾਲਜ ਦੇ ਸਾਰੇ ਰਿਜੈਕਟ ਹੋ ਗਏ, ਜਾਂ ਐਤਕੀ ਕੈਨੇਡਾ ਦੀ ਸਕਸੈਸ ਰੇਟ ਮਾੜੀ ਹੈ, ਐਤਕੀ ਤਾਂ ਜੀ ਹੁਣ ਮੈਨੂੰ ਇੱਕ ਨਿਆਣਾ ਹੋਰ
ਮੈਂ ਉਹਨੂੰ ਅੱਗੋਂ ਹਾਸੇ 'ਚ ਕਿਹਾ, ਮੈਂ ਕਿਹਾ ਉਹ ਰੌਲਾ ਸੀ ਨਾ ਦਿੱਲੀ ਬੰਦ ਸੀ ਤਾਂ, ਕਹਿੰਦਾ ਹਾਂਜੀ ਹਾਂਜੀ, ਮੈਂ ਕਿਹਾ ਉਹਦੇ ਨਾਲ ਦੱਸ ਫਰਕ ਪੈਣਾ। ਸੋ ਬੱਚੇ ਸਾਡੇ ਇੱਥੋਂ ਤੱਕ ਮਜ਼ਲੂਮੀਅਤ ਨਾਲ ਗੁੰਮਰਾਹ ਹੋ ਜਾਂਦੇ ਕਿ ਦਿੱਲੀ ਦੇ ਵਿੱਚ ਪੰਜਾਬ ਹਰਿਆਣਾ ਸੜਕਾਂ ਬੰਦ ਸੀ ਇਹਦੇ ਕਰਕੇ ਵੀਜ਼ਾਸ ਨਹੀਂ ਆ। ਕਾਫੀ ਸਾਰੇ ਕੰਸਲਟੈਂਟ ਵੱਲੋਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਕਦੇ ਵਰਲਡ ਕੱਪ ਦਾ ਰੌਲਾ ਪਾਇਆ ਜਾਂਦਾ, ਕਦੇ ਬੰਦ ਦਾ ਇੱਥੇ ਦਾ ਰੌਲਾ ਪਾ ਕੇ ਜਿੱਦਾਂ ਤੁਸੀਂ ਦੱਸਿਆ। ਦੇਖੋ ਕੁਲਦੀਪ, ਵਰਲਡ ਕੱਪ ਚੱਲਦਾ ਹੋਵੇ, ਤੁਸੀਂ ਸਾਡਾ ਪ੍ਰੋਗਰਾਮ ਨਾ ਦੇਖ ਰਹੇ ਹੋ, ਸਮਝ ਆ ਸਕਦੀ ਕਿਸੇ ਵੇਲੇ ਕਿ ਭਾਈ ਉੱਧਰ ਤੋਂ ਨਹੀਂ ਛੱਕੇ ਮਾਰਦੇ ਨਵਨੀਤ ਤੋਂ, ਤਾਂ ਤੁਸੀਂ ਉਦੋਂ ਕੀ ਲੈਣਾ ਮੌਕੇ ਤੇ। ਸੋ ਗੱਲ ਇਹ ਹੈ ਵੀ ਇਹ ਤਾਂ ਸਮਝ ਆਉਂਦੀ ਕਿ ਟੀਵੀ ਸ਼ੋਅ ਕਿਸੇ ਨੇ ਘੱਟ ਦੇਖਿਆ ਜਾਂ ਵੱਧ ਦੇਖਿਆ, ਕਿ ਮੈਚ ਚੱਲਦਾ ਸੀ ਅੰਬੈਸੀਆਂ ਮੈਚਾਂ ਦੇ ਡਿਪੈਂਡੈਂਟ ਨਹੀਂ ਹੈ, ਹੁਣ ਛੁੱਟੀਆਂ ਆਉਂਦੀਆਂ ਉਹਦੀ ਗੱਲ ਅੱਡ ਹੈ। ਸੋ ਹਮੇਸ਼ਾ ਕੈਨੇਡਾ ਹੋਵੇ ਚਾਹੇ ਨਿਊਜ਼ੀਲੈਂਡ ਚਾਹੇ ਆਸਟ੍ਰੇਲੀਆ, ਵੀਜ਼ਾ ਤੁਹਾਡੇ ਪ੍ਰੋਫਾਈਲ ਡਿਪੈਂਡੈਂਟ ਹੈ, ਇਨਟੇਕ ਡਿਪੈਂਡੈਂਟ ਨਹੀਂ ਹੈ। ਇਨਟੇਕ ਡਿਪੈਂਡੈਂਟ ਤਾਂ ਹੈ ਜੇ ਤੁਹਾਡਾ ਗੈਪ ਬਿਲਡ ਹੋ ਰਿਹਾ। ਮੈਂ ਪਹਿਲਾਂ ਵੀ ਕਿਹਾ 2014 ਵਾਲੇ ਬੱਚੇ ਨੂੰ ਐਕਚੁਅਲੀ ਮਈ ਤੱਕ ਫਾਈਲ ਲਾ ਲੈਣੀ ਚਾਹੀਦੀ ਸੀ, 15 ਵਾਲੇ ਘਬਰਾਓ ਨਾ, ਜੇ ਮਨਪਸੰਦ ਕੋਰਸ ਅਤੇ ਕਾਲਜ ਮਿਲਦਾ ਤਾਂ ਲਾਓ, ਨਹੀਂ ਤਾਂ ਆਪਣੇ ਘਰ ਰਿਲੈਕਸ ਕਰੋ। ਸਪਟੈਂਬਰ ਦੀਆਂ ਆਫਰਾਂ ਹੁਣੇ ਮੰਗਾਉਂਦੇ ਹਾਂ, ਲੋਕਾਂ ਦੇ ਫੇਰ ਸ਼ੁਰੂ ਹੋ ਜਾਣੇ, ਮੇਰੇ ਵੀ ਇੱਕ ਦੋ ਛੋਟੇ ਛੋਟੇ ਸੈਮੀਨਾਰ ਹੈਗੇ ਆ, ਸਭ ਦੇ ਸ਼ੁਰੂ ਹੋ ਜਾਣੇ ਆ ਕਿ ਆਫਰ ਲੈਟਰ ਬਗੈਰ ਐਪਲੀਕੇਸ਼ਨ ਫੀ ਤੋਂ ਮੰਗਾ ਲਓ, ਤੁਹਾਨੂੰ ਅਸੀਂ ਐਪਲੀਕੇਸ਼ਨ ਫੀ ਵੇਫ ਕਰਤੀ, ਕੁਛ ਕਰਤਾ ਕਿ ਇਹਨੇ ਕੁਛ ਕਰਤਾ। ਸੋ ਟਾਈਮ ਆ ਗਿਆ ਸੈਪਟੈਂਬਰ ਦੀ ਕੰਡੀਸ਼ਨਲ ਮੰਗਵਾਉਣ ਦਾ ਵੀ ਹੁਣੇ ਹੈ, ਕਿਉਂਕਿ ਕਈ ਕੋਰਸਿਸ ਖਾਸ ਕਰ ਹੈਲਥ ਨੂੰ ਰਿਲੇਟਡ ਲੈ ਕੇ, ਮੈਡੀਕਲ ਨੂੰ ਰਿਲੇਟਡ ਲੈ ਕੇ ਜਾਂ ਹਾਈ ਇੰਜੀਨੀਅਰਿੰਗ ਨੂੰ ਪ੍ਰੋਗਰਾਮ ਲੈ ਕੇ ਵੇਟ ਲਿਸਟਡ ਨੇ। ਮੇਰੇ ਕੋਲ ਹਾਲੇ ਵੀ ਕਈ ਪ੍ਰੋਗਰਾਮ ਨੇ ਜਿਹੜੇ ਆਲਰੇਡੀ ਵੇਟ ਲਿਸਟ ਹੋ ਗਏ ਨੇ। ਸੋ ਸਪਟੈਂਬਰ ਨੂੰ ਲੈ ਕੇ ਵੀ ਆਪਾਂ ਘਰੇ ਨਾ ਬੈਠੀਏ, ਖਾਸ ਕਰ ਜਿਹੜੇ ਬੱਚੇ 2015 ਦੇ ਪਾਸ ਆਊਟ। ਨਰਸਿਸ ਦੀ ਜੇਕਰ ਗੱਲ ਕੀਤੀ, GNM ਨਾਲ ਸੰਬੰਧਿਤ ਨੇ ਜਾਂ BSc ਕੀਤੀ, ਉਹਨਾਂ ਦੇ ਲਈ ਕੈਨੇਡਾ ਕੀ ਆਪਸ਼ਨ ਰਹੇਗੀ, ਖਾਸ ਕਰਕੇ ਸਪਟੰਬਰ ਇਨਟੇਕ ਦੇ? ਕੁਲਦੀਪ, GNM ਨਰਸਿੰਗ ਹੋ ਗਈ ਜਾਂ ਆਪਣੇ ਕੋਲ BSc ਨਰਸਿੰਗ ਹੋ ਗਈ ਜਾਂ BEd ਹੋ ਗਈ, ਪੰਜਾਬ ਦੇ ਵਿੱਚ ਇਹ ਕੋਰਸ ਬਹੁਤ ਵੱਡੇ ਲੈਵਲ ਤੇ ਕੀਤੇ ਗਏ ਆ, ਚਾਹੇ ਲੜਕੀਆਂ ਨੇ ਕੀਤੇ ਚਾਹੇ ਲੜਕਿਆਂ ਨੇ ਕੀਤੇ। ਇੱਥੇ ਵੀ ਕੋਰਸ ਪ੍ਰਮੋਟ ਇਹ ਕਹਿ ਕੇ ਕੀਤੇ ਗਏ ਕਿ ਕੈਨੇਡਾ ਅੱਗੇ ਸਕੋਪ ਜਾ ਸਕਦਾ, ਕੈਨੇਡਾ ਸਕੋਪ ਦਾ। ਬਿਲਕੁਲ, ਔਰ ਐਕਸਪ੍ਰੈਸ ਸੈਂਟਰ ਦੇ ਵਿੱਚ ਨਰਸਿਸ ਦਾ ਕੋਈ ਲੰਬਾ ਚੌੜਾ ਨਹੀਂ ਬਣਿਆ, ਸੋ ਉਹਦੇ ਕਰਕੇ ਇੱਕ ਨਿਰਾਸ਼ਾ ਦਾ ਮਾਹੌਲ ਹੋਰ ਬਣ ਗਿਆ ਕਿ ਖਬਰੇ ਨਰਸਿਸ ਦੇ ਪ੍ਰੋਗਰਾਮ ਵੀ ਖਤਮ ਹੋ ਗਏ। ਤੁਸੀਂ GNM ਕੀਤੀ ਹੈ ਤਾਂ ਵੀ ਤੁਹਾਡੇ ਕੋਲ ਪ੍ਰੋਗਰਾਮਸ ਨੇ, ਜੈਨੋਟੋਲੋਜੀ ਦੇ ਵਿੱਚ ਪ੍ਰੋਗਰਾਮ ਹੈ, 2 ਸਾਲ ਦਾ ਪ੍ਰੋਗਰਾਮ ਵੀ ਹੈ, ਪੋਸਟ ਗ੍ਰੈਜੂਏਟ ਸਾਲ ਦਾ ਪ੍ਰੋਗਰਾਮ ਵੀ ਹੈ, 6 ਬੈਂਡ ਤੇ ਅਵੇਲੇਬਲ ਨੇ। ਸੋ ਨਰਸਿਸ ਨੂੰ ਪਹਿਲਾਂ ਤਾਂ 6 ਬੈਂਡ ਆਉਣ ਤੇ ਘਬਰਾਉਣ ਦੀ ਲੋੜ ਨਹੀਂ ਕਿ ਬੈਂਡ ਨਹੀਂ ਆਉਣੇ। ਸੋ ਚਾਹੇ ਤੁਸੀਂ BSc ਨਰਸਿੰਗ ਕੀਤੀ ਹੈ, ਚਾਹੇ ਤੁਸੀਂ GNM ਨਰਸਿੰਗ ਕੀਤੀ ਹੈ, ਜੇ ਤੁਹਾਡੇ ਮਾਰਕਸ ਚੰਗੇ ਨੇ, ਫਸਟ ਡਿਵੀਜ਼ਨ 'ਚ ਤੁਸੀਂ ਪਾਸ ਹੋਏ ਹੋ, ਤਾਂ ਤੁਹਾਡੇ ਲਈ ਆਪਸ਼ਨ ਸਾਲ ਦੇ ਪ੍ਰੋਗਰਾਮ ਦੀ ਵੀ ਹੈਗੀ ਹੈ, 2 ਸਾਲ ਦੇ ਪ੍ਰੋਗਰਾਮ ਦੀ ਵੀ ਹੈਗੀ ਹੈ। ਨਰਸਿਸ ਨੂੰ ਇੱਕ ਗੱਲ ਅੰਡਰਸਟੈਂਡ ਕਰਨੀ ਚਾਹੀਦੀ, ਜਦੋਂ ਅਸੀਂ ਜਿਹੜੇ ਪ੍ਰੋਗਰਾਮਸ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਤੁਹਾਨੂੰ RN ਨਹੀਂ ਬਣਾ ਰਹੇ, ਕੰਸਲਟੈਂਟ ਤੁਹਾਨੂੰ ਇਹ ਗੱਲ ਦੱਸੇ ਨਾ ਦੱਸੇ, ਇਹ ਪ੍ਰੋਗਰਾਮ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਹੈਲਥ ਰਿਲੇਟਡ ਫੀਲਡਸ ਦੇ, ਇਹ ਤੁਹਾਨੂੰ ਰਜਿਸਟਰਡ ਨਰਸ ਨਹੀਂ ਬਣਾ ਰਹੇ, ਪਰ ਇਹ ਜਿਹੜੇ ਪ੍ਰੋਗਰਾਮਸ ਨੇ ਤੁਹਾਨੂੰ ਇੰਪਲੋਏਬਲ ਬਣਾ ਰਹੇ ਨੇ। ਇਹਨਾਂ 'ਚੋਂ ਕਈ ਪ੍ਰੋਗਰਾਮਸ ਦੇ ਵਿੱਚ ਤਾਂ ਗਰੰਟਡ ਪਲੇਸਮੈਂਟਸ ਵੀ ਹੈਗੀਆਂ ਨੇ, ਪੜ੍ਹਾਈ ਦੇ ਦੌਰਾਨ, ਪੜ੍ਹਾਈ ਤੋਂ ਬਾਅਦ ਨਹੀਂ, ਪੜ੍ਹਾਈ ਦੇ ਦੌਰਾਨ, ਕਿ ਤੁਸੀਂ ਔਨ ਸਾਈਡ ਜਾ ਕੇ ਕੰਮ ਕਰਕੇ ਦੇਖੋ। ਸੋ ਨਰਸਿੰਗ ਵਾਸਤੇ ਪ੍ਰੋਗਰਾਮਸ ਦੀ ਤੋੜ ਨਹੀਂ ਹੈ, ਦੂਜੇ ਪਾਸੇ ਨਰਸਿਸ 6 ਮਿੰਟ ਦੇ ਨੇ, ਚਾਹੇ GNM ਹੈ ਚਾਹੇ BSc ਹੈ, ਵੱਧ ਹੋਣਗੇ ਫਾਇਦਾ, ਆਪਸ਼ਨ ਵੱਧ ਜਾਣਗੀਆਂ। ਸੋ ਨਰਸਿਸ ਨੂੰ ਅਕਸਰ ਇੱਕ ਚੀਜ਼ ਹੋਰ ਕਹਿ ਦਿੱਤੀ ਜਾਂਦੀ, ਤੁਸੀਂ ਫਲਾਣੇ ਕਾਲਜ ਚਲ ਜਾਓ ਉੱਥੇ ਫੀਸ ਘੱਟ ਹੈ। ਮੈਂ ਹਰ ਕਾਲਜ ਨਾਲ ਡੀਲ ਕਰਦਾ ਹਾਂ ਲਗਭਗ, ਸੋ ਇਕੱਲੀ ਫੀਸ ਨੂੰ ਆਪਾਂ ਰੇਸ ਪਰਾਉਣਾ ਕਿ ਆਪਾਂ ਪਹੁੰਚ ਕੇ ਕੀ ਕਰਨਾ ਇਹ ਦੇਖਣਾ। ਅੰਡਰਸਟੈਂਡ ਇਹ ਕਰੋ ਕਿ ਨਰਸਿੰਗ ਮੈਂ ਕਿੱਥੇ ਪੜ੍ਹਨ ਜਾ ਰਹੀ ਹਾਂ, ਉੱਥੇ ਪੋਪੂਲੇਸ਼ਨ ਕਿਹੜੀ ਕਮਿਊਨਿਟੀ ਦੀ ਹੈ। ਮੈਂ ਅੱਜ ਤੱਕ ਕਮਿਊਨਿਟੀ ਵਰਡ ਨਹੀਂ ਯੂਜ਼ ਕਰਦਾ ਸੀ ਕਿ ਏਜਿੰਗ ਪੋਪੂਲੇਸ਼ਨ ਕਿਹੜੀ ਕਮਿਊਨਿਟੀ ਦੀ ਹੈ, ਕਿਤੇ ਨਾ ਕਿਤੇ ਜਿੱਥੇ ਪੰਜਾਬੀ ਡੋਮੀਨੈਂਸ ਹੈ, ਜੇ ਉੱਥੇ ਨਰਸ ਪੰਜਾਬੀ ਹੋਏਗੀ, ਉਹਦੀ ਇੰਪਲੋਏਬਿਲਿਟੀ ਲੈਵਲ ਬਾਕੀ ਲੋਕਾਂ ਨਾਲੋਂ ਵੱਧ ਜਾਣੇ ਨੇ। ਮੈਂ ਕਦੀ ਨਹੀਂ ਕਹਿੰਦਾ ਵੀ ਇੱਕੋ ਥਾਂ 'ਤੇ ਸਾਰੇ ਇਕੱਠੇ ਹੋਵੋ, ਪਰ ਨਰਸਿਸ ਨੂੰ ਦੇਖੋ ਕੁਲਦੀਪ, 6 ਬੈਂਡ ਆਉਣਾ ਇੱਕੋ ਬਹੁਤ ਵੱਡੀ ਗੱਲ ਨਹੀਂ, ਪੰਜਾਬ 'ਚ ਬੜੀ ਵੱਡੀ ਉਪਲਬਧੀ ਹੈ। ਮੈਂ ਕਹਿੰਦਾ ਵਿਆਹ ਦੇ ਬੈਂਡ ਨਾਲੋਂ ਵੱਧ ਪਿੰਡ 'ਚ ਖੁਸ਼ੀ ਮਨਾਈ ਦਿੰਦਾ ਘਰ ਆਈਲੈਟਸ ਦੇ ਬੈਂਡ ਆਉਂਦੇ ਨੇ, ਰਾਈਟ? ਸੋ ਮੇਰੇ ਕੋਲ ਬੱਚੇ ਉਹ ਵੀ ਨੇ ਜਿਹੜੇ ਆਈਲੈਟਸ ਦਾ ਬੈਂਡ ਆਉਂਦੇ, ਸਾਡਾ ਡੱਬਾ ਵੀ ਲੈ ਕੇ ਆਏ ਹਾਂ, ਰਾਈਟ? ਸੋ ਸਵਾਲ ਇਹ ਹੈ ਕਿ 6 ਬੈਂਡ ਆ ਗਏ, ਆਪਾਂ ਪਹੁੰਚ ਗਏ, ਇਹ ਨਹੀਂ ਹੋ ਗਿਆ ਕਿ ਆਪਾਂ ਬੜੇ ਪੜ੍ਹੇ ਲਿਖੇ ਹੋ ਗਏ, ਆਪਾਂ ਨੂੰ ਟੈਕਨੀਕਲੀ ਬੜੀ ਜਾਣਕਾਰੀ ਹੋ ਗਈ, ਆਪਾਂ ਇੱਕ ਐਵਰੇਜ ਅੰਗਰੇਜ਼ੀ ਦੇ ਮਾਲਕ ਹਾਂ, ਬਹੁਤ ਬਿਹਤਰੀਨ ਅੰਗਰੇਜ਼ੀ ਨਹੀਂ ਬੋਲ ਪਾਉਂਦੇ। ਸੋ ਕੋਰਸ ਨੂੰ ਧਿਆਨ ਨਾਲ ਲੈ ਕੇ ਚੱਲੋ ਕਿ ਮੇਰੇ ਕੋਰਸ 'ਚ ਅੱਗੇ ਮੈਨੂੰ ਇੰਗਲਿਸ਼ ਦੀ ਲੋੜ ਕਿੰਨੀ ਕੁ ਪੈਣੀ ਹੈ। ਜਿਹੜੀਆਂ ਕੁੜੀਆਂ ਰਜਿਸਟਰਡ ਨਰਸਿੰਗ ਕਰਨੀਆਂ ਚਾਹੁੰਦੀਆਂ ਅਲਟੀਮੇਟਲੀ ਲਾਈਫ ਦੇ ਵਿੱਚ, ਉਹ 7 ਬੈਂਡ ਨੂੰ ਆਪਣੇ ਮਨ 'ਚ ਲੈ ਕੇ ਚੱਲੋ ਵੀ ਲੈਣੇ ਪੈਣੇ ਨੇ ਜਦੋਂ ਅਸੀਂ ਇੱਕ ਹੈਲਥ ਪ੍ਰੋਫੈਸ਼ਨਲ ਉੱਥੇ ਬਣਨਾ। ਦੂਜੀ ਮੈਂ ਗੱਲ ਕੀਤੀ ਸੀ ਕੁਲਦੀਪ, ਤੁਹਾਡੇ ਤੋਂ ਇਜਾਜ਼ਤ ਤੋਂ ਬਗੈਰ ਟੋਪਿਕ ਛੇੜ ਲੈਣਾ, BEd ਵਾਲਿਆਂ ਦੀ ਬਹੁਤ ਸਾਰੀ ਲੜਕੀਆਂ ਨੇ ਜਾਂ ਲੜਕੇ ਨੇ ਜਿਨ੍ਹਾਂ ਨੇ BEd ਕੀਤੀ ਹੈ, ਕਿਸੇ ਨੂੰ 1 ਸਾਲ ਹੋ ਗਿਆ, ਕਿਸੇ ਨੂੰ 2 ਸਾਲ ਹੋ ਗਿਆ, ਅਕਸਰ ਕਹਿੰਦਾ ਵੀ ਤੁਹਾਡੇ ਲਈ ਕੈਨੇਡਾ 'ਚ ਆਪਸ਼ਨਸ ਨਹੀਂ ਹੈਗੀਆਂ। ਮੈਂ ਕਈ ਵਾਰ ਮੰਚ 'ਤੇ ਕਿਹਾ ਕਿ ਮਾਸਟਰਸ ਇਨ ਐਜੂਕੇਸ਼ਨ ਦੇ ਪ੍ਰੋਗਰਾਮ ਬਹੁਤ ਘੱਟ ਫੀਸ 'ਤੇ 6.5 ਬੈਂਡ ਨਾਲ ਅਵੇਲੇਬਲ ਨੇ। ਜੇ ਸਪਟੈਂਬਰ ਇਨਟੇਕ ਉਹਨਾਂ ਦੀ ਮੁੱਕਣ ਵਾਲੀ ਹੈ, ਉਹਨਾਂ ਦੀ ਜਨਵਰੀ ਵੀ ਮੁੱਕਣ ਵਾਲੀ ਹੈ, ਸੋ ਪਤਾ ਨਹੀਂ BEd ਵਾਲੇ ਬੱਚੇ ਜਿਨ੍ਹਾਂ ਦੇ 6.5 ਬੈਂਡ ਨੇ ਉਹ ਆਪਦੀਆਂ
ਪ੍ਰੋਫਾਈਲਸ ਲਾਓ। ਦੂਜੇ ਪਾਸੇ ਜਿਹੜੇ ਬੱਚੇ ਵੈਂਕੂਵਰ ਜਾਣਾ ਚਾਹੁੰਦੇ ਹੈ, ਵੈਂਕੂਵਰ ਏਰੀਆ ਦੇ ਵਿੱਚ ਕਈ ਬੱਚਿਆਂ ਨੂੰ ਹੋ ਗਿਆ ਕਿ ਅਸੀਂ ਪੋਸਟ ਗ੍ਰੈਜੂਏਟ ਕਰਨਾ ਪਰ ਬੈਂਡ 6 ਨੇ, ਸੋ ਤੁਹਾਡੇ ਲਈ ਵੀ ਬਿਜ਼ਨਸ ਦੀਆਂ ਅਤੇ ਬੇਸਿਕ ਕਈ ਆਪਸ਼ਨਸ ਨੇ ਬ੍ਰਿਟਿਸ਼ ਕੋਲੰਬੀਆ ਦੇ ਏਰੀਆ ਦੇ ਵਿੱਚ। ਸੋ ਕੋਸ਼ਿਸ਼ ਇਹ ਕਰੋ ਕਿ ਜਿਹੜੀ ਵੀ ਜਾਣਕਾਰੀ ਮੈਂ ਦੇ ਰਿਹਾ ਜਾਂ ਕੋਈ ਦੇ ਰਿਹਾ ਉਹਨੂੰ ਨੈੱਟ 'ਤੇ ਵੈਰੀਫਾਈ ਕਰੋ। ਲੈਟ ਸੇ ਮੈਂ ਤੁਹਾਨੂੰ ਇੱਕ ਯੂਨੀਵਰਸਿਟੀ ਕਹੀ ਵੀ ਯਾਰ ਆਹ ਯੂਨੀਵਰਸਿਟੀ ਹੈ ਕਾਲਜ ਚਲ ਜਾ, ਪਲੀਜ਼ ਉਹਦੇ ਬਾਰੇ ਜਾਣਕਾਰੀ ਲਓ, ਅਪਲਾਈ ਕਰਨ ਤੋਂ ਬਾਅਦ ਹੀ ਲੈ ਲਓ। ਭਾਵੇਂ ਤੁਸੀਂ ਮੇਰੇ ਕੋਲ ਆਏ, ਤੁਸੀਂ ਅਪਲਾਈ ਕੀਤਾ ਕਿ ਸਰ ਜੀ ਮੈਨੂੰ ਫਲਾਣੇ ਕਾਲਜ ਭੇਜ ਦਿਓ, ਮੈਂ ਅਪਲਾਈ ਕਰਤਾ, ਤੁਸੀਂ ਘਰੇ ਗਏ, ਆਪਣੀ ਡਿਸਕਸ਼ਨ ਹੋਈ, ਤੁਹਾਨੂੰ ਘਰੇ ਜਾ ਕੇ ਲੱਗਾ ਕਿ ਸਰ ਆਹ ਕੋਰਸ ਤਾਂ 3 ਕਾਲਜਾਂ 'ਚ ਹੋਰ ਹੈ, ਕੀ ਮੈਂ ਕਿਤੇ ਹੋਰ ਐਲੀਜੀਬਲ ਹੈਗਾ, ਕੀ ਕਿਤੇ ਮੈਂ ਹੋਰ ਟਰਾਈ ਕਰ ਸਕਦਾ। ਜੇ ਤਾਂ ਤੁਹਾਡਾ ਕੰਸਲਟੈਂਟ ਪੈਂਦਾ ਕਾਲਾ, ਉਹ ਪਾਉਂਦਾ ਲਾਲ 'ਚ, ਤੁਸੀਂ ਮੇਰੇ ਕੋਲ ਅਪਲਾਈ ਕੀਤਾ ਲੈਟਸ ਸੇ ਬਿਜ਼ਨਸ ਦਾ ਕਿ ਮੈਂ ਸਰ ਟੋਰਾਂਟੋ ਜਾਣਾ, ਮੈਂ ਤੁਹਾਡੀ ਆਫਰ ਮੰਗਾ ਦਿੱਤੀ, ਤੁਸੀਂ ਮੇਰੇ ਕੋਲ 15 ਦਿਨ ਨੂੰ ਆਏ ਕਿ ਭਾਅ ਜੀ ਆਫਰ ਤਾਂ ਆ ਗਈ, ਪਰ ਬੱਚਾ ਕਹਿੰਦਾ ਜੀ ਮੈਂ ਇਹ ਪ੍ਰੋਗਰਾਮ ਨਾ ਬ੍ਰਿਟਿਸ਼ ਕੋਲੰਬੀਆ 'ਚ ਜਾਂ ਮੈਨੀਟੋਬਾ 'ਚ ਫਲਾਣੇ 'ਚ ਦੇਖਿਆ, ਮੈਂ ਐਲੀਜੀਬਲ ਹਾਂ। ਜੇ ਐਲੀਜੀਬਲ ਹਾਂ ਤਾਂ ਬਦਲ ਲਿਓ, ਕੋਈ ਟੈਨਸ਼ਨ ਨਹੀਂ ਹੈ। ਸੋ ਇਹ ਨਾ ਸੋਚੋ ਕਿ ਇੱਕ ਵਾਰੀ ਮੇਰੀ ਇੱਕ ਆਫਰ ਲੈਟਰ ਆ ਗਈ ਮੈਨੂੰ ਇੱਥੇ ਜਾਣਾ ਹੀ ਪੈਣਾ, ਜਾ ਕੇ ਬਦਲਣ ਨਾਲੋਂ, ਜਾ ਕੇ ਸਕੀਮਾਂ 'ਚ ਫਸਣ ਨਾਲੋਂ, ਜਾ ਕੇ ਕਰੀਅਰ ਖਤਮ ਕਰਨ ਨਾਲੋਂ, ਅੱਜ ਮੌਕੇ 'ਤੇ ਕਹਿ ਦਈਏ ਕਿ ਨਹੀਂ ਮੈਨੂੰ ਇਹ ਆਪਸ਼ਨ ਨਹੀਂ, ਮੈਨੂੰ ਆਹ ਆਪਸ਼ਨ ਚਾਹੀਦੀ ਹੈ। ਸੋ ਕੈਨੇਡਾ ਸਪਟੈਂਬਰ ਇਨਟੇਕ ਲਈ ਹਾਲੇ ਤੁਸੀਂ ਰਾਜੇ ਹੋ। ਸੋ ਜਿਹਦੇ ਐਗਜ਼ਾਮਸ ਮੁੱਕ ਚੁੱਕੇ ਹੈ, ਜਿਹੜੇ ਬੱਚੇ ਪੜ੍ਹਾਈਆਂ ਤੋਂ ਵਿਹਲੇ ਹੋ ਚੁੱਕੇ ਨੇ, ਉਹ ਆਪਣੀ ਆਫਰ ਲੈਟਰਸ ਮੰਗਾਓ, ਦੂਜੀਆਂ ਅਗਲੇ 10-15 ਦਿਨ ਨੂੰ ਵਿਹਲੇ ਹੋ ਕੇ ਇਸ ਪ੍ਰੋਸੈਸ ਦੇ ਵਿੱਚ ਪਾਓ। ਸੋ ਕੋਸ਼ਿਸ਼ ਇਹੋ ਕੀਤੀ ਜਾਂਦੀ ਕਿ ਇਸ ਜਿਹੜਾ 30 ਮਿੰਟ ਦਾ ਸਮਾਂ ਹੁੰਦਾ ਇਸ ਦੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਇਸ ਮੰਚ ਦੇ ਜ਼ਰੀਏ ਤੁਹਾਨੂੰ ਦਿੱਤੀ ਜਾਏ, ਪਰ ਫਿਰ ਵੀ ਕੋਈ ਸਵਾਲ ਤੁਹਾਡੇ ਮਨ ਵਿੱਚ ਰਹਿ ਜਾਂਦਾ, ਤੁਸੀਂ ਕਿਸੇ ਵੇਲੇ ਸਕਰੋਲ ਕੀਤੇ ਜਾ ਰਹੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਪਰਸਨਲੀ ਵਿਜ਼ਿਟ ਕਰਕੇ ਵੀ ਗੋ ਗਲੋਬਲ ਦੀ ਸਾਰੀ ਟੀਮ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ। ਨਿਊਜ਼ੀਲੈਂਡ ਵੱਲ ਨੂੰ ਆਵਾਂਗੇ, ਸਖਤਾਈ ਕੀ ਬਾਰੇ ਕੀ ਕਹਿਣਾ ਤੁਹਾਡਾ, ਸਖਤਾਈ ਅਜੇ ਵੀ ਜਾ ਰਹੀ ਹੈ ਜਾਂ ਵੀਜ਼ਾ ਗ੍ਰਾਂਟ ਹੋ ਰਿਹਾ? ਕੁਲਦੀਪ, ਸਖਤਾਈ ਸੁਖਤੋਈ ਤਾਂ ਕੋਈ ਨਹੀਂ ਜਾ ਰਹੀ, ਜਾਂ ਕੋਈ ਲੀਨੀਐਂਸੀ ਨਹੀਂ ਹੈ। ਅੰਬੈਸੀ ਅਗਾਹ ਹੈਗੀ ਹੈ, ਅੰਬੈਸੀ ਕੇਅਰਫੁਲ ਹੈ, ਔਰ ਕੇਅਰਫੁਲ ਰਹਿਣੀ ਚਾਹੀਦੀ ਹੈ, ਕਿਉਂਕਿ ਜਿੰਨਾ ਚਿਰ ਇਹ ਕੇਅਰਫੁਲ ਰਹਿਣਗੇ ਉਨਾ ਚਿਰ ਕੰਟਰੀ ਦੇ ਬੱਚੇ ਐਕਸੈਪਟ ਹੋਣਗੇ। ਸੋ ਇੱਕ ਧਾਰਨਾ ਬਣਾ ਦਿੱਤੀ ਗਈ ਕਿ ਨਿਊਜ਼ੀਲੈਂਡ ਨੇ ਹੁਣ ਵੀਜ਼ਾਸ ਨਹੀਂ ਦੇਣੇ, ਨਿਊਜ਼ੀਲੈਂਡ ਰਿਜੈਕਸ਼ਨ ਦੇ ਦਿੱਤੀ। ਮੇਰੇ ਕੋਲ ਇਹ ਕੋਈ ਬੜੀ ਫੁਕਰੀ ਵਾਲੀ ਗੱਲ ਨਹੀਂ ਹੈ ਜਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਮੁੰਡਾ ਹੈਗਾ ਇੱਕ ਹਰਮਨ, ਉਹਦਾ ਵੀਜ਼ਾ ਕਿਸੇ ਕੰਸਲਟੈਂਟ ਤੋਂ ਲੱਗਾ, ਰਿਜੈਕਟ ਹੋ ਗਿਆ। ਉਸ ਤੋਂ ਬਾਅਦ ਮੇਰੇ ਕੋਲ ਲੱਗਾ, ਰਿਜੈਕਟ ਹੋ ਗਿਆ, ਇਹ ਕਹਿ ਕੇ ਕਿ ਇਹਦੇ ਫੰਡ ਵੈਰੀਫਾਈ ਨਹੀਂ ਹੋ ਪਾਏ। ਤੀਜੀ ਵਾਰੀ ਉਸ ਬੱਚੇ ਦਾ ਵੀਜ਼ਾ ਲੱਗਾ, ਉਹਦੇ ਫੰਡ ਵੈਰੀਫਾਈ ਕੀਤੇ ਗਏ, ਲਗਭਗ 25 ਤੋਂ 30 ਮਿੰਟ ਬੱਚੇ ਦੀ ਇੰਟਰਵਿਊ ਲਿੱਤੀ ਗਈ, ਵੀਜ਼ਾ ਗ੍ਰਾਂਟ ਕੀਤਾ ਗਿਆ। ਦੂਜੇ ਪਾਸੇ ਉਸ ਬੱਚੇ ਨੂੰ ਟੈਕਨੀਕਲ ਸਵਾਲ ਵੀ ਪੁੱਛੇ ਗਏ, ਤੇਰੇ 12ਵੀਂ 'ਚ ਪਰਸੈਂਟੇਜ ਕਿੰਨੀ ਹੈ। ਉਹਨਾਂ ਨੂੰ ਅੱਜ ਹਰ ਚੀਜ਼ 'ਤੇ ਸ਼ੱਕ ਹੈ, ਉਹਨਾਂ ਨੂੰ ਇਹ ਵੀ ਸ਼ੱਕ ਹੋਣਾ ਕਿ ਜਿਹੜੇ ਸਰਟੀਫਿਕੇਟ ਅਸਲੀ ਹੈ ਕਿ ਨਹੀਂ। ਸਭ ਤੋਂ ਸੌਖਾ ਤਰੀਕਾ ਹੈ, ਹੁਣ ਜੇ ਮੈਂ +2 ਨੋਨ ਮੈਡੀਕਲ 'ਚ ਕੀਤੀ ਹੈ, ਮੇਰੇ ਕੋਲ ਮੈਨੂੰ ਇੱਕ ਕੇਸ ਯਾਦ ਆ ਤਾਂ ਕੁਲਦੀਪ, ਬੜੀ ਪੁਰਾਣੀ ਗੱਲ ਹੈ, ਮੈਂ ਬੱਚੇ ਨੂੰ ਮਨ੍ਹਾ ਕੀਤੀ ਸੀ, ਹਾਸੇ ਵਾਲੀ ਤਾਂ ਨਹੀਂ ਹੈ ਪਰ ਟ੍ਰੈਜਡੀ ਵਾਲੀ ਹੈ। ਮੈਂ ਮੁੰਡੇ ਨੂੰ ਪੁੱਛਿਆ ਕਿ +2 ਕਾਹਦੇ 'ਚ ਕੀਤੀ, ਕਹਿੰਦਾ ਜੀ ਨੋਨ ਮੈਡੀਕਲ। ਮੈਂ ਕਿਹਾ ਜੀ ਵੈਰੀ ਗੁੱਡ, ਸਬਜੈਕਟ ਕੀ? ਕਹਿੰਦਾ ਜੀ ਫਿਜ਼ਿਕਸ, ਕੈਮਿਸਟਰੀ, ਮੈਥ। ਮੈਂ ਪੜ੍ਹਨ ਵਾਲਾ ਬੱਚਾ ਸੀ, ਮੈਂ ਵੈਰੀ ਗੁੱਡ ਕਿਹਾ ਗਿਆ, ਮਾਰਕਸ਼ੀਟ ਅਤੇ ਅੰਗਰੇਜ਼ੀ ਮੈਚ ਨਹੀਂ ਸੀ ਖਾ ਰਹੇ, ਵੀਜ਼ਾ ਸੇ ਛੱਡੋ, ਮੈਂ ਆਪਦੇ ਕਹਿੰਦਾ। ਮੈਂ ਕਹਿ ਦੱਸੀ ਯਾਰ ਪੋਟਾਸ਼ੀਅਮ ਕਲੋਰਾਈਡ ਦੀ ਫਾਰਮੂਲਾ ਕੀ ਹੁੰਦਾ, ਕਹਿੰਦਾ ਜੀ ਪਤਾ ਨਹੀਂ। ਮੈਂ ਤੂੰ +2 ਨੋਨ ਮੈਡੀਕਲ ਕੀਤੀ ਹੈ? ਫਿਰ ਕਹਿੰਦਾ ਨਕਲ ਮਾਰ ਕੇ ਪਾਸ ਹੋਇਆ, ਜੋ ਵੀ ਉਹਨੇ ਗੱਲਾਂ ਖੋਲੀਆਂ। ਸੋ ਇਹ ਸਵਾਲ ਵੀ ਅੱਜ ਅੰਬੈਸੀ ਪੁੱਛਦੀ ਹੈ ਵੀ ਤੂੰ +2 ਕਾਹਦੇ 'ਚ ਕੀਤੀ ਹੈ? ਇਕਨੋਮਿਕਸ 'ਚ ਕੀਤੀ ਹੈ? ਚੱਲ ਇਹ 4 ਟੋਪਿਕ ਦੱਸ। ਤੂੰ +2 ਕਾਹਦੇ 'ਚ ਕੀਤੀ ਹੈ? ਪਬਲਿਕ ਐਡ 'ਚ ਕੀਤੀ ਹੈ? ਚੱਲ ਆਹ 4 ਸੀਜ਼ਨ ਦੱਸ। ਤੂੰ +2 ਮੈਥ 'ਚ ਕੀਤੀ ਹੈ? ਆਹ 2 ਸਵਾਲਾਂ ਦਾ ਜਵਾਬ ਦੇ। ਸੋ ਕਿਤੇ ਨਾ ਕਿਤੇ ਜਦੋਂ ਇਹੋ ਜਿਹੇ ਸਵਾਲ ਹੁੰਦੇ ਆ ਆਪਾਂ ਕਹਿੰਦੇ ਨਹੀਂ ਨਹੀਂ, ਜਦੋਂ ਪੰਜਾਬ ਦੇ ਮਗਰ ਪੈ ਗਏ। ਹੁਣ ਜੇ ਆਪਾਂ ਇੱਕ 10ਵੀਂ ਤੋਂ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕੀਤੀ, 10ਵੀਂ ਤੋਂ 12ਵੀਂ ਕੀਤੀ, ਪੜ੍ਹਾਈ ਕੀਤੀ, 12 ਸਾਲ ਆਪਾਂ ਸਕੂਲ 'ਚ ਲਾਤੇ ਇਸ ਕੰਮ ਨੂੰ, ਨਰਸਰੀਆਂ ਪ੍ਰੀ ਨਰਸਰੀਆਂ ਛੱਡ ਕੇ, ਸੋ ਆਪਾਂ ਇੱਕ ਤਕਰੀਬਨ ਇੰਨੀ ਉਮਰ ਤੱਕ ਆਪਾਂ ਪੜ੍ਹਦੇ ਰਹਿ ਗਏ। ਕਿਉਂ ਪੜ੍ਹੇ? ਕਾਹਦੇ ਲਈ ਪੜ੍ਹੇ? ਕੀ ਸਿੱਖਿਆ? ਅੱਗੇ ਜਾ ਕੇ ਕੀ ਸਿੱਖੋਗੇ? ਇਹ ਚੀਜ਼ ਦਾ ਉਹ ਮੁਲਾਂਕਣ ਕਰਨਾ ਚਾਹੁੰਦੇ ਆ, ਇਹਦਾ ਉਹ ਇਵੈਲੂਏਸ਼ਨ ਕਰਨਾ ਚਾਹੁੰਦੇ ਆ ਕਿ ਬੱਚਾ ਇੰਨੇ ਪੈਸੇ ਖਰਚ ਕੇ ਜਾ ਰਿਹਾ, ਉਹ ਪਾਣੀ 'ਚ ਹੈ ਕਿ ਨਹੀਂ। ਹਾਂ, ਕਈ ਵਾਰੀ ਉਹਨਾਂ ਥਾਵਾਂ 'ਤੇ ਧੱਕਾ ਵੀ ਹੁੰਦਾ ਜਿੱਥੇ ਦੁਬਾਰਾ ਫਾਈਟ ਕਰਨ 'ਤੇ ਸੁਣਵਾਈ ਵੀ ਕੀਤੀ ਜਾਂਦੀ ਹੈ। ਕਈ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੀ ਸੁਣਵਾਈ ਨਹੀਂ ਵੀ ਹੁੰਦੀ, ਸਾਨੂੰ ਵੀ ਅਫਸੋਸ ਹੁੰਦਾ ਕਿ ਮੇਰੇ ਕੋਲ, ਮੈਂ ਇੱਕ ਵੀਜ਼ੇ ਦੀ ਐਗਜ਼ਾਮਪਲ ਦਿੱਤੀ, ਰਿਜੈਕਸ਼ਨ ਵਾਲੇ ਵੀ ਐਗਜ਼ਾਮਪਲ ਆ ਮੇਰੇ ਕੋਲ ਹੈਗੀਆਂ, ਅਫਸੋਸ ਵੀ ਹੁੰਦਾ ਕਿ ਇਹਦੀ ਗੱਲ ਨਹੀਂ ਬਣ ਪਾਈ। ਦੂਜੇ ਪਾਸੇ ਜਿਹੜਾ ਨਿਊਜ਼ੀਲੈਂਡ ਦੇ ਬਾਰੇ ਧਾਰਨਾ ਬਣਾ ਦਿੱਤੀ ਗਈ ਕਿ ਇਹ ਫੰਡ ਵੈਰੀਫਾਈ ਨਹੀਂ ਕਰਦੇ, ਅੱਧੇ ਰਿਜੈਕਟ ਕਰ ਦਿੰਦੇ, ਉਹ ਝੂਠ ਹੈ। ਬਿਲਕੁਲ ਵੈਰੀਫਿਕੇਸ਼ਨ ਹੋਏਗੀ ਜਿੱਥੇ ਤੁਹਾਡਾ ਜੈਨੂਇਨ ਲੋਨ ਹੋਏਗਾ ਜਾਂ ਜੈਨੂਇਨ ਐਫ ਡੀ 'ਚ ਪਏ ਆ, ਬੈਂਕ ਮੈਨੇਜਰ ਜਵਾਬ ਦਊਗਾ। ਉਹ ਇਹ ਨਹੀਂ ਹੈ ਵੀ ਇੱਕ ਵਾਰੀ ਫੋਨ ਕੀਤਾ ਨਹੀਂ ਚੱਕਿਆ, ਠਾ, ਉਹ ਦੁਬਾਰਾ ਦੁਬਾਰਾ ਕਰਦੇ ਆ। ਪਰ ਇਹ ਨਹੀਂ ਕਿ ਵਿਹਲੇ ਹੈ ਵੀ ਇੱਕੋ ਕੰਮ 'ਤੇ ਲੱਗੇ ਰਹਿਣ, ਉਹਨਾਂ ਕੋਲ ਵੀ ਫਾਈਲ ਆ, ਉਹਨਾਂ ਕੋਲ ਵੀ ਹੋਰ ਦੁਨੀਆ ਭਰ ਦੇ ਕੰਮ ਨੇ। ਸੋ ਕੋਸ਼ਿਸ਼ ਇਹੀ ਕਰੀਏ ਕਿ ਆਪਾਂ ਜਿੰਨੇ ਵੱਧ ਤੋਂ ਵੱਧ ਸੱਚੇ ਸੁੱਚੇ ਦਸਤਾਵੇਜ਼ ਲਾਈਏ ਸਿਰਫ ਅਤੇ ਸਿਰਫ। ਦੂਜੇ ਪਾਸੇ ਜਿੱਥੇ 1-2 ਸਾਲ ਦਾ ਗੈਪ ਹੈ, ਜਿਵੇਂ ਕੋਈ 14 ਪਾਸ ਆਊਟ ਹੈ, 15 ਪਾਸ ਆਊਟ ਹੈ, ਉਹਨਾਂ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ, ਘਬਰਾਓ ਨਾ। ਅੱਜ ਵੀ ਨਿਊਜ਼ੀਲੈਂਡ ਐਕਸੈਪਟ ਕਰਦਾ
ਕਿਉਂ ਆਏਗਾ, ਇਹ ਬੱਚੇ ਨੇ ਕੀ ਕੀਤਾ ਹੋਇਆ, ਇਹ ਬੱਚੇ ਨੇ ਕਿੱਦਾਂ ਗੈਪ ਪਿਆ, ਇਹਨੂੰ ਕਿਉਂ ਕਹਾਣੀ ਹੋਈ। ਸੋ ਲਾਈਫ ਦੇ ਇੰਸਟੈਂਸ ਆਪ ਦੇ ਐਕਸਪਰਟ ਕਰੋ। ਸੋ ਕੋਰਸ ਨੂੰ ਲੈ ਕੇ ਵੀ ਇੱਕ ਬੜੀ ਵੱਡੀ ਮਿਥਿਓਲੋਜੀ ਲੋਕਾਂ ਨੇ ਮਿੱਥਿਆ ਬਣਾਤੀ ਹੈ। ਮੇਰੇ ਕੋਲ ਇੱਕ ਬੱਚਾ ਆਇਆ, ਕਹਿੰਦਾ ਭਾਅ ਜੀ ਕਿਸੇ ਸੱਜਣ ਦਾ ਮੰਚ 'ਤੇ ਪ੍ਰੋਗਰਾਮ ਦੇਖ ਕੇ ਗਿਆ ਸੀ, ਮੈਂ ਬੜਾ ਕਨਫਿਊਜ਼ ਹੋ ਗਿਆ। ਮੈਂ ਕਿਹਾ ਕਿਉਂ ਹੋ ਗਿਆ? ਕਹਿੰਦਾ ਜੀ ਤੁਸੀਂ ਮੈਨੂੰ ਕਿਹਾ ਕਿ ਮੇਰੀ ਪਲੱਸ ਟੂ ਨੋਨ ਮੈਡੀਕਲ ਹੈ, ਮੈਂ ਕੁੱਕਰੀ ਜਾ ਸਕਦਾ। ਕਹਿੰਦਾ ਉਹ ਏਜੰਟ ਕਹਿੰਦਾ ਵੀ ਮੈਂ ਠੋਕ ਕੇ ਕਹਿੰਦਾ ਵੀ ਸਵਾਏ ਆਈ ਟੀ ਤੋਂ ਕਿਤੇ ਨਹੀਂ ਜਾ ਸਕਦਾ, ਬੜੀ ਹੱਦ ਬਿਜ਼ਨਸ ਜਾ ਸਕਦਾ। ਸੋ ਤੁਸੀਂ ਇਹਨਾਂ ਗੱਲਾਂ 'ਚ ਨਾ ਆਓ ਜਦ ਤੱਕ ਆਪਾਂ ਐਕਸਪਲੇਨ ਕਰ ਸਕਦੇ ਹਾਂ ਕਿ ਮੈਂ ਕੁੱਕਰੀ, ਹੋਸਪਿਟੈਲਿਟੀ, ਡੇਅਰੀ ਫਾਰਮਿੰਗ ਜਾਂ ਬਿਜ਼ਨਸ ਜਾਂ ਰਿਟੇਲ ਮੈਨੇਜਮੈਂਟ ਜਾਂ ਫੋਰੈਸਟਰੀ ਜਾਂ ਕੋਈ ਵੀ ਪ੍ਰੋਗਰਾਮ ਕਿਉਂ ਲੈ ਰਹੇ ਹਾਂ, ਇਹ ਪ੍ਰੋਗਰਾਮ ਦੀ ਮੈਂ ਕੀ ਰਿਸਰਚ ਕੀਤੀ ਹੈ, ਇਹ ਪ੍ਰੋਗਰਾਮ ਮੇਰੇ ਇੰਟਰਸਟ ਨਾਲ ਕਿਵੇਂ ਮੇਲ ਖਾਂਦਾ, ਇਹ ਪ੍ਰੋਗਰਾਮ ਤੋਂ ਬਾਅਦ ਮੈਂ ਕੀ ਕਰੂੰਗਾ। ਮੈਂ ਅੱਜ ਆਪਣੇ ਬਿਜ਼ਨਸ ਦੀਆਂ ਗੱਲਾਂ ਖੁੱਲ੍ਹੀਆਂ ਮੰਚ 'ਤੇ ਦੱਸ ਕੇ ਜਾ ਰਿਹਾ, ਕਈ ਕੰਸਲਟੈਂਟ ਦੇ ਵੀ ਕੰਮ ਆਉਂਗੀ ਆ। ਸੋ ਬੱਚਿਆਂ ਦੇ ਕੰਮ ਆਉਣ ਦੀ ਮੇਰੀ ਜਿਹੜੀ ਕੋਸ਼ਿਸ਼ ਹੈ ਉਹ ਇਹੀ ਹੈ ਕਿ ਆਪਾਂ ਕੋਰਸ ਜਿਹੜਾ ਵੀ ਲਈਏ ਆਪਾਂ ਨਿਊਜ਼ੀਲੈਂਡ 'ਚ ਕੋਰਸ ਚੇਂਜ ਕਰ ਸਕਦੇ ਹਾਂ। ਨੋਨ ਮੈਡੀਕਲ ਵਾਲਾ ਬੱਚਾ ਜਿਹੜਾ ਕੁੱਕਰੀ ਜਾ ਸਕਦਾ, ਆਰਟਸ ਵਾਲਾ ਬੱਚਾ ਹੋਸਪਿਟੈਲਿਟੀ 'ਚ ਵੀ ਜਾ ਸਕਦਾ, ਆਰਟਸ ਵਾਲਾ ਬੱਚਾ ਕੁੱਕਰੀ 'ਚ ਵੀ ਜਾ ਸਕਦਾ। ਸਭ ਤੋਂ ਵੱਡੀ ਇੱਕ ਐਗਜ਼ਾਮਪਲ ਆਈ ਹੈ ਹੁਣ ਪਲੱਸ ਟੂ ਕਮਰਸ ਵਾਲੇ ਬੜੇ ਬੱਚੇ ਨੇ, ਜਿਹੜੇ ਬੱਚੇ ਨਾਨ ਨੋਨ ਮੈਡੀਕਲ ਦੀ ਪੜ੍ਹਾਈ ਕਰ ਚੁੱਕੇ ਨੇ। ਸੋ ਕੰਪਿਊਟਰ ਨਹੀਂ ਕਰ ਸਕਦੇ, ਕੁੱਕਰੀ ਉਹ ਕਰਨਾ ਨਹੀਂ ਚਾਹੁੰਦੇ ਵੈਸ਼ਨੂ ਨੇ, ਜਾਂ ਉਹ ਕੋਈ ਚਿੱਟੀ ਟਾਈ ਲਾ ਕਮੀਜ਼ ਪਾ ਕੇ ਟਾਈ ਲਾ ਕੇ ਵਾਲਾ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਲਈ ਵੀ ਸਾਡੇ ਕੋਲ ਪ੍ਰੋਗਰਾਮਸ ਨੇ ਜਿੱਥੇ ਮੈਥ ਇਨ ਬਿਲਟ ਕਰਕੇ ਬੱਚਿਆਂ ਨੂੰ ਨੋਨ ਮੈਡੀਕਲ ਦੇ ਨਾਲ ਕੁਆਂਟਿਟੀ ਸਰਵੇ ਵਰਗੇ ਪ੍ਰੋਗਰਾਮਸ 'ਚ ਵੀ ਅਸੀਂ ਪਾ ਰਹੇ ਹਾਂ। ਸੋ ਹੈਗੇ ਪਾਲਾਂ ਕਿ ਉਹ ਪਾਥਵੇਜ਼ ਨੇ, ਉਹ ਗੱਲ ਵੱਖਰੀ ਹੈ, ਬਟ ਕਿਤੇ ਨਾ ਕਿਤੇ ਉਹ ਪ੍ਰੋਗਰਾਮਸ ਵੀ ਬਿਲਟ ਹੋਏ ਨੇ। ਸੋ ਨਿਊਜ਼ੀਲੈਂਡ ਦੇ ਵਿੱਚ ਕੋਈ ਸਖਤਾਈ ਨਹੀਂ ਹੈ, ਕੋਰਸਿਸ ਦੀ ਵੀ ਕਮੀ ਨਹੀਂ ਹੈ, ਸਿਰਫ ਕਮੀ ਹੈ ਤਾਂ ਸਾਡੀ ਇੱਕ ਡੀਪ ਰਿਸਰਚ। ਤਾਂ ਪਾਥਵੇ ਦਾ ਤੁਸੀਂ ਜ਼ਿਕਰ ਕੀਤਾ, ਪਾਥਵੇ ਵੀਜ਼ਾ ਬਾਰੇ ਵੀ ਕਾਫੀ ਸਾਰੇ ਸਵਾਲ ਆ ਰਹੇ, ਕੀ ਦੇਖਦਾ ਵੀ ਕਿੰਨਾ ਕੁ ਲਾਹਾ ਜਿਹੜਾ ਪੰਜਾਬ ਦਾ ਸਟੂਡੈਂਟ ਪਾਥਵੇ ਵੀਜ਼ਾ ਦਾ ਲੈ ਸਕਦਾ? ਕੁਲਦੀਪ, ਬਹੁਤ ਜ਼ਿਆਦਾ ਲਾਹੇਮੰਦ ਨਹੀਂ ਰਹੇਗਾ। ਯੈਸ, ਰਾਈਟ ਸਟੂਡੈਂਟ ਜੇ ਸਹੀ ਬੱਚਾ ਉਹਨੂੰ ਸਹੀ ਤਰੀਕੇ ਲਾਉਂਦਾ, ਜੇ ਆਪਾਂ ਇਕੱਲੀ ਇੱਕ ਇੰਪੈਕਟ ਬਣਾ ਲਈਏ ਕਿ ਸਿਰਫ ਮੇਰੇ ਬੈਂਡ ਘੱਟ ਹੈ ਮੈਂ ਪਾਥਵੇ 'ਚ ਨਿਕਲ ਜਾਵਾਂਗਾ, ਨਹੀਂ ਹੋਏਗਾ। ਸੋ ਕੋਸ਼ਿਸ਼ ਆਪਾਂ ਨੂੰ ਇਹ ਕਰਨੀ ਪੈਣੀ ਹੈ ਕਿ ਆਪਾਂ ਜਿਹੜਾ ਵੀ ਪ੍ਰੋਗਰਾਮ ਲੈਂਦੇ ਹਾਂ ਉਹਦਾ ਪਾਥਵੇ ਕੀ ਮੈਨੂੰ ਬੈਨੀਫਿਟ ਦੇ ਰਿਹਾ, ਮੈਂ ਇਹ ਐਕਸਟਰਾ ਪੈਸੇ ਕਿਉਂ ਖਰਚ ਰਿਹਾ। ਹੁਣ ਖਾਸ ਕਰ ਬੱਚੇ ਕਹਿਣਗੇ ਜੀ ਅਸੀਂ ਕਹਿ ਦਾਂਗੇ ਕਿ ਮੈਂ ਇੰਗਲਿਸ਼ ਉੱਥੇ ਜਾ ਕੇ ਪੜ੍ਹੂੰਗਾ। ਮੈਂ ਕਹਾਂ ਜੇ ਵੀਜ਼ਾ ਅਫਸਰ ਇੱਕ ਹਿਸਾਬ ਪੁੱਛ ਲਏ ਕਿ ਤਕਰੀਬਨ 10-10 11,000 ਰੁਪਈਆ ਆਈਲੈਟਸ ਦੀ ਫੀਸ ਹੈ, 10-20,000 ਕੋਈ ਇੰਸਟੀਚਿਊਟ ਲੈ ਲੂਗੀ, ਭਾਈ ਤੇਰਾ ਤਾਂ 30-35,000 ਦਾ ਖਰਚਾ, ਤੂੰ ਨਿਊਜ਼ੀਲੈਂਡ ਕੀ ਕਰਨ ਜਾ ਰਿਹਾ, ਉਰੇ ਪੜ੍ਹ ਲੈ। ਸੋ ਪਾਥਵੇ ਜਿਹੜਾ ਚਾਈਨਾ 'ਤੇ ਕੀ ਇੰਪੈਕਟ ਪੈਣਾ ਜਾਂ ਸਾਊਥ ਅਮਰੀਕਨ ਕੰਟਰੀਜ਼ 'ਤੇ ਕੀ ਇੰਪੈਕਟ ਪੈਣਾ ਅਤੇ ਪੰਜਾਬ 'ਤੇ ਕੀ ਪੈਣਾ, ਇੱਕ ਵੱਖਰੀ ਸਟੋਰੀ ਹੈ। ਆਪਾਂ ਅੰਬੈਸੀ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੀਏ ਕਿ ਪਾਥਵੇ ਵੀਜ਼ੇ 'ਚ ਜੀ ਮੈਂ ਕੁਆਲਿਟੀ ਐਜੂਕੇਸ਼ਨ ਫਲਾਣਾ ਟਮਕਾਣਾ, ਉਹਨਾਂ ਕੋਲ ਬੜੇ ਅੰਕੜੇ ਨੇ, ਉਹਨਾਂ ਕੋਲ ਹਰ ਇੱਕ ਪਹੁੰਚੇ ਹੋਏ ਬੱਚੇ ਦਾ ਅੰਕੜਾ ਵੀ ਹੈ। ਸੋ ਇਹ ਨਾ ਸੋਚੀ ਕਿ ਆਪਾਂ ਉਹਦਾ ਬੇਵਕੂ ਬਣਾਉਣਗੇ, ਪਾਥਵੇ ਇੱਕ ਚੰਗੀ ਮੁਹਿੰਮ ਹੈ ਜੇ ਉਹਨੂੰ ਸਹੀ ਤਰੀਕੇ 'ਚ ਲਾਇਆ ਜਾਵੇ। ਯਾਦ ਕਰ ਲਓ, IPP ਵੀ ਪੰਜਾਬ 'ਚ ਸ਼ੁਰੂ ਹੋਇਆ ਸੀ, ਪੰਜਾਬ 'ਚ ਮੁੜ ਕੇ ਬੰਦ ਵੀ ਹੋਇਆ, ਇੱਦਾਂ ਹੀ ਪਾਥਵੇ ਨੂੰ ਨਕੇਲ ਪਊਗੀ ਜੇ ਆਪਾਂ ਕਿਸੇ ਨਾ ਕਿਸੇ ਗਲਤ ਤਰੀਕੇ ਦਾ ਉਪਯੋਗ ਕਰਨਾ ਚਾਹੇ। ਇੱਕ ਚੀਜ਼ ਹੋਰ ਜਿਹੜੀ ਸੁਣਨ ਦੇ ਵਿੱਚ ਆਈ ਕਿ ਸਪਾਊਸ ਵੀਜ਼ਾ ਜਿਹੜੇ ਖੁੱਲ੍ਹ ਗਏ ਨੇ, ਕੀ ਸੱਚੀ ਬੰਦ ਹੋ ਗਏ ਸੀ? ਜੇ ਖੁੱਲ੍ਹ ਗਏ ਨੇ ਤਾਂ ਹੁਣ ਕਿਸ ਤਰ੍ਹਾਂ ਅਪਲਾਈ ਕੀਤਾ ਜਾ? ਕੁਲਦੀਪ, ਇੱਕ ਬੜੀ ਧਾਰਨਾ ਪਤਾ ਨਹੀਂ ਲੋਕਾਂ ਨੇ ਕਿੱਥੋਂ ਬਣਾਤੀ ਹੈ, ਇਹ ਕਿਵੇਂ ਆਈਡੀਆਜ਼ ਪੈਦਾ ਕਰਦੇ ਨੇ ਕ੍ਰੀਏਟਿਵਿਟੀ ਨਾਲ ਲੋਕ, ਇੱਕ ਨਵੀਨਤਮ ਤਰੀਕੇ ਨਾਲ ਕਿ ਅੱਜ ਸਪਾਊਸ ਖੁੱਲ੍ਹ ਗਿਆ, ਅੱਜ ਸਪਾਊਸ ਬੰਦ ਹੋ ਗਿਆ, ਇੱਦਾਂ ਦਾ ਕੁਛ ਨਹੀਂ ਹੈ। ਰਾਈਟ, ਸਪਾਊਸ ਵੀਜ਼ਾ 'ਚ ਤੁਹਾਡਾ ਵਿਆਹ ਸੱਚਾ ਹੈ ਤਾਂ ਹਮੇਸ਼ਾ ਖੁੱਲ੍ਹਾ, ਜੇ ਤੁਸੀਂ ਲੈਵਲ ਦੀ ਰਿਕੁਆਇਰਮੈਂਟ ਨੂੰ ਮੀਟ ਕਰਦੇ ਹੋ ਹਮੇਸ਼ਾ ਲੱਗੇਗਾ, ਜਾਂ ਟੂਰਿਸਟ ਲੱਗੇ ਜਾਂ ਵਰਕ ਪਰਮਿਟ ਲੱਗੇ, ਜਿਹੜਾ ਵੀ ਤੁਹਾਡੇ ਲੈਵਲ 'ਤੇ ਤੁਹਾਨੂੰ ਸੂਟ ਕਰਦਾ ਹੋਏਗਾ ਤੁਸੀਂ ਆਪਦਾ ਚੈੱਕ ਕਰ ਸਕਦੇ ਹੋ। ਸੋ ਉਹ ਹਮੇਸ਼ਾ ਲੱਗਣਗੇ, ਇਹ ਨਹੀਂ ਹੈ ਕਿ ਕਦੀ ਬੰਦ ਹੋ ਗਏ। ਹਾਂ, ਔਖੇ ਟਾਈਮ ਆਏ ਸੀ ਜਦੋਂ ਐਪਲੀਕੇਸ਼ਨਾਂ ਬਲਕ ਦੇ ਵਿੱਚ ਗਈਆਂ ਸੀ। ਸੋ ਜਦੋਂ ਬਲਕ ਦਾ ਮੈਂ ਤੁਹਾਨੂੰ ਸਿਨੈਰੀਓ ਦੱਸ ਰਿਹਾ ਸੀ ਕਿ ਐਪਲੀਕੇਸ਼ਨਾਂ ਇਕੱਠੀਆਂ ਹੋ ਗਈਆਂ, ਉਦੋਂ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਾ ਸੀ ਕਿ ਵੀਜ਼ੇ ਆਉਣਗੇ ਨਹੀਂ ਜਾਂ ਵੀਜ਼ਾਸ ਰਿਜੈਕਟ ਹੋਣੇ ਸ਼ੁਰੂ ਹੋ ਜਾਣਗੇ, ਉਦੋਂ ਥੋੜ੍ਹਾ ਧੱਕਾ ਹੋਇਆ ਸੀ, ਬਟ ਇਹ ਨਹੀਂ ਕਹਿ ਸਕਦੇ ਕਿ ਬੰਦ ਹੋਇਆ ਸੀ। ਹਾਲਾਂਕਿ ਮੈਂ ਡਾਇਰੈਕਟਲੀ ਸਪਾਊਸ 'ਚ ਡੀਲ ਨਹੀਂ ਕਰਦਾ, ਮੇਰੇ ਟੀਮ ਆਫ ਲੋਇਰਸ ਹੈ ਜਿਹੜੀ ਕਿ ਮੇਰੇ ਇਹਨਾਂ ਕੇਸਿਸ ਨੂੰ ਹੈਂਡਲ ਕਰਦੀ ਹੈ। ਸੋ ਤੁਹਾਨੂੰ ਉਹਨਾਂ ਲੋਇਰਸ ਨਾਲ ਮਿਲਾਤਾ ਜਾਂਦਾ, ਸਾਡੇ ਜਿਹੜੇ ਆਪਣੇ ਨੇ, ਸਾਡੇ ਆਪਣੇ ਪੈਨਲ 'ਤੇ ਨੇ, ਤੁਹਾਨੂੰ ਇਹ ਵੀ ਪਤਾ ਮੇਰੇ ਵੱਡੇ ਭਾਈ ਸਾਹਿਬ ਆਪ ਨਿਊਜ਼ੀਲੈਂਡ ਤੋਂ ਹੈ, ਸੋ ਕਿਤੇ ਨਾ ਕਿਤੇ ਉੱਥੇ ਤੁਹਾਨੂੰ ਮਿਲਾ ਕੇ ਉਹਨਾਂ ਦੇ ਥਰੂ ਫਾਈਲਸ ਲਵਾਈਆਂ ਜਾਂਦੀਆਂ। ਪਰ ਇੱਕ ਜੈਨਰਿਕ ਜਾਣਕਾਰੀ ਇਹ ਹੈ ਕਿ ਸਪਾਊਸ ਨਾ ਕਦੀ ਬੰਦ ਹੁੰਦਾ ਨਾ ਕਦੀ ਖੁੱਲ੍ਹਦਾ। ਸਪਾਊਸ ਦੀ ਗੱਲ ਕਰੀਏ, ਕੈਨੇਡਾ 'ਚ ਕਿਹੜਾ ਸਪਾਊਸ ਵੀਜ਼ਾ ਨਹੀਂ ਅਲਾਊਡ? ਕੈਨੇਡਾ 'ਚ ਵੀ ਸਪਾਊਸ ਵੀਜ਼ਾ ਅਲਾਊਡ ਹੈ, ਬਟ ਪੰਜਾਬ 'ਚ ਸਮਝ ਆ ਚੁੱਕੀ ਕਿ ਘੱਟ ਲੱਗਦੇ ਆ, ਲੋਕ ਅਪਲਾਈ ਘੱਟ ਕਰਦੇ ਆ। ਪਰ ਜਿਹੜੇ ਬੱਚੇ ਮਾਸਟਰਸ ਵਾਲੇ ਨੇ, PhD ਵਾਲੇ ਨੇ, ਉਹਨਾਂ ਦੇ ਸਪਾਊਸ ਵੀਜ਼ਾਸ ਕੈਨੇਡਾ 'ਚ ਵੀ ਆਉਂਦੇ ਨੇ, ਉਹਨਾਂ ਦੇ ਵੀਜ਼ਾ ਆਸਟ੍ਰੇਲੀਆ 'ਚ ਵੀ ਆਉਂਦੇ ਨੇ। ਸੋ ਸਪਾਊਸ ਵੀਜ਼ਾ ਹਰ ਕੰਟਰੀ ਦੀਆਂ ਸ਼ਰਤਾਂ ਵੈਬਸਾਈਟ 'ਤੇ ਕਲੀਅਰ ਲਿਸਟਡ ਹੈ, ਪਰ ਗੱਲ ਇਹ ਸਾਨੂੰ ਪੜ੍ਹਨ ਦੀ ਲੋੜ ਹੈ। ਜੇ ਨਿਊਜ਼ੀਲੈਂਡ ਕਹਿੰਦਾ ਵੀ ਲੈਵਲ 5 'ਤੇ ਆਉਂਗੇ ਤਾਂ ਸਪਾਊਸ ਨੂੰ ਵਿਜ਼ਟਰ ਦਾਂਗੇ, ਤੁਹਾਨੂੰ ਜੇ 5 ਲੀਡਿੰਗ ਟੂ 7 ਹੈ, ਯਾਨੀ ਕਿ ਬੈਚਲਰਸ ਹੈ ਪੂਰੀ, ਅਤੇ ਉਹ LTSSL ਦਾ ਪ੍ਰੋਗਰਾਮ, ਉਹਨੂੰ ਵਰਕ ਰਾਈਟ ਵੀ ਦੇਵਾਂਗੇ ਨਾਲ। ਜੇ ਲੈਵਲ 7
ਹੁਣ ਜਿਵੇਂ ਅਮਰੀਕਾ ਹੈ ਉਹ ਸਿੱਧਾ ਕਹਿੰਦਾ ਵੀ ਐਫ ਟੂ ਵਾਲਾ ਬੰਦਾ ਸਪਾਊਸ ਕੰਮ ਹੀ ਨਹੀਂ ਕਰ ਸਕਦਾ, ਪਰ ਅੱਜ ਵੀ ਪੰਜਾਬ 'ਚ ਐਡ ਲੱਗਦੀ ਕਿ ਅਮਰੀਕਾ ਸਪਾਊਸ ਸੇ ਜਾਓ ਕੰਮ ਕਰਨ ਦਾ ਸੁਨਹਿਰੀ ਮੌਕਾ। ਸੋ ਮਸ਼ਹੂਰੀਆਂ ਤਾਂ ਕਈ ਕੁਛ ਕਹਿੰਦੀਆਂ ਰਹਿਣਗੀਆਂ, ਅੰਡਰਸਟੈਂਡ ਕਰਨ ਦੀ ਲੋੜ ਤੁਹਾਨੂੰ ਆਪ ਨੂੰ ਹੈ। ਮੈਂ ਅਕਸਰ ਕਹਿੰਦਾ ਹੁੰਦਾ ਮਸ਼ਹੂਰੀਆਂ ਤਾਂ ਕਈ ਆਉਂਦੀਆਂ ਵੀ ਆਹ ਤੇਲ ਲਾ ਲਓ ਪਤਲੇ ਹੋ ਜਾਓਗੇ, ਇਹ ਵਾਲੀ ਕੈਪਸੂਲ ਖਾ ਲਓ ਲੰਬੇ ਹੋ ਜਾਓਗੇ, ਇਹ ਖਾ ਲਓ ਇਹਦੇ ਨਾਲ ਗੋਰੇ ਹੋ ਜਾਓਗੇ, ਕੁਛ ਨਹੀਂ ਹੁੰਦਾ। ਹੁਣ ਆਪਦੀ ਮਿਹਨਤ ਨਾਲ ਹੈ, ਆਪਦੀ ਹਿੰਮਤ ਨਾਲ ਹੈ। ਸੋ ਸਪਾਊਸ ਵੀਜ਼ੇ ਦੀ ਵੈਬ ਜਿਹੜੀਆਂ ਸ਼ਰਤਾਂ ਨੇ ਉਹ ਵੈਬਸਾਈਟ 'ਤੇ ਕਲੀਅਰ ਲਿਖੀਆਂ, ਝਟਕਾ ਸੌਦਾ ਸਪਾਊਸ ਵੀਜ਼ੇ ਦਾ, ਜੇ ਵਿਆਹ ਜੈਨੂਇਨ ਹੈ, ਵਿਆਹ ਨੂੰ ਥੋੜ੍ਹਾ ਟਾਈਮ ਪੈ ਗਿਆ ਹੋਵੇ, ਕੁੜੀ ਮੁੰਡੇ ਦੇ ਮੁੰਡੇ ਦੀ ਉਮਰ ਅਤੇ ਪੜ੍ਹਾਈ ਮੇਲ ਖਾਂਦੀ ਹੋਵੇ, ਇਹ ਨਾ ਹੋਵੇ ਵੀ ਕੁੜੀ 18 ਸਾਲ ਦੀ ਮੁੰਡਾ 35 ਸਾਲ ਦਾ, ਕੁੜੀ ਨੇ ਕਰੀ ਹੈ ਪਲੱਸ ਟੂ, ਮੁੰਡਾ ਵਿਹਲਾ, ਸੋ ਵਿਆਹ ਬਣਦਾ ਨਹੀਂ। ਇਹ ਨਾ ਹੋਵੇ ਕਿ ਕੁੜੀ ਨੇ ਤਾਂ ਕੀਤੀ ਹੈ ਜੀ ਬਾਇਓਟੈਕਨੋਲੋਜੀ ਦੀ ਗ੍ਰੈਜੂਏਸ਼ਨ, ਮੁੰਡਾ 10ਵੀਂ ਪਾਸ ਹੈ ਜੀ, ਨਾਲੇ ਮੁੰਡਾ 4 ਸਾਲ ਛੋਟਾ ਹੈ। ਸੋ ਇਹਨਾਂ ਚੀਜ਼ਾਂ ਨੂੰ ਕਿਸੇ ਵੀ ਕੰਟਰੀ ਨੇ ਸਪਾਊਸ ਜੈਨੂਇਨ ਨਹੀਂ ਲੈਣਾ। ਜਿੱਥੇ ਜੈਨੂਇਨ ਵਿਆਹ ਹੈ, ਜਿੱਥੇ ਸੱਚ ਹੈ, ਉੱਥੇ ਸੁਣਵਾਈ ਜ਼ਰੂਰ ਹੈ। ਸੋ ਨਿਊਜ਼ੀਲੈਂਡ ਲਈ ਆਖਰੀ ਸਵਾਲ ਮੈਂ ਜਾਂਦੇ ਜਾਂਦੇ, ਕਿਉਂਕਿ ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦੀ ਗੱਲ ਕਰਾਂਗੇ, ਉਹਨਾਂ ਸਟੂਡੈਂਟ ਦੀ ਜਿਹੜੇ ਆਸਟ੍ਰੇਲੀਆ ਸਵਾਲ ਭੇਜਦੇ ਨੇ, ਜਿਹੜੇ ਸਟੂਡੈਂਟ ਹੁਣ ਨਿਊਜ਼ੀਲੈਂਡ ਅਪਲਾਈ ਕਰਨਾ ਚਾਹੁੰਦੇ ਨੇ 2014 ਜਾਂ 15 ਪਾਸ ਆਊਟ ਨੇ, ਉਹਨਾਂ ਦੇ ਲਈ ਕੀ ਆਪਸ਼ਨ ਰਹਿਣਗੇ? ਜਿਹੜੇ 14-15 ਪਾਸ ਆਊਟ ਬੱਚੇ ਨੇ ਉਹ ਹਾਲੇ ਜਨਵਰੀ ਇਨਟੇਕ ਟੱਪ ਗਈ ਕੋਈ ਚੱਕਰ ਨਹੀਂ, ਫਰਵਰੀ ਟੱਪ ਗਈ ਕੋਈ ਚੱਕਰ ਨਹੀਂ, ਜੁਲਾਈ ਨੂੰ ਟਾਈਮ ਹੈ ਕੋਈ ਚੱਕਰ ਨਹੀਂ, ਵਿੱਚ ਆਪਸ਼ਨਸ ਹੈਗੀਆਂ। ਸੋ ਤੁਸੀਂ ਆਪ ਤਾਂ ਪਹਿਲਾਂ ਐਕਸਪਲੇਨ ਕਰਨਾ ਕਿ ਮੈਂ 14 ਤੋਂ ਵਾਲਿਆਂ ਨੂੰ ਖਾਸ ਕਰ ਕੀ ਕਰ ਰਿਹਾ ਸੀ, ਮੈਂ ਆਸਟ੍ਰੇਲੀਆ ਅਪਲਾਈ ਕੀਤਾ ਮੇਰੀ COE ਨਹੀਂ ਆਈ, ਜਾਂ ਮੈਂ ਕਾਲਜ ਐਡਮਿਸ਼ਨ ਲੈ ਕੇ ਪੜ੍ਹਾਈ ਸਾਲ ਪਾਸ ਕਰਕੇ ਛੱਡਤੀ, ਜਾਂ ਮੈਂ ਬੀਟੈਕ ਕੀਤੀ ਫਸਟ ਈਅਰ ਮੈਂ ਅੱਗੇ ਕੰਟੀਨਿਊ ਕਰਨਾ ਚਾਹੁੰਦਾ, ਜਾਂ ਮੈਂ ਕੈਨੇਡਾ ਤੋਂ ਰਿਫਿਊਜ਼ ਹੋਇਆ, ਜਾਂ ਕੋਈ ਇਹੋ ਜਿਹਾ ਦੁਖਾਂਤ ਵਾਪਰ ਕੇ ਨਾ ਵਾਪਰਿਆ, ਜਾਂ ਪਰਿਵਾਰਕ ਕੋਈ ਹਾਲਾਤ ਬਦਲੇ, ਕੁਛ ਵੀ ਸੱਚ ਦੇਖ ਕੇ ਆਪਾਂ ਫਾਈਲਸ ਲਾ ਸਕਦੇ ਹਾਂ, ਚਾਹੇ ਤੁਸੀਂ ਅੰਡਰ ਗ੍ਰੈਜੂਏਟ ਹੋ, ਚਾਹੇ ਤੁਸੀਂ ਪੋਸਟ ਗ੍ਰੈਜੂਏਟ ਹੋ, ਯਾਨੀ ਕਿ 12ਵੀਂ ਪਾਸ, ਜਾਂ BA, BCOM, BBA, BTEC, BCA, ਜਿਹੜੀਆਂ ਵੀ ਇੱਦਾਂ ਦੀ ਕੁਆਲੀਫਿਕੇਸ਼ਨ ਨੇ ਉਹ ਪਾਰ ਨੇ ਨਿਊਜ਼ੀਲੈਂਡ। ਦੂਜੀ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਜਿਹੜੇ ਬੱਚਿਆਂ ਨੇ ਇੱਥੇ ਡਿਪਲੋਮਾ ਇਨ ਫਾਰਮੇਸੀ ਕੀਤਾ ਹੋਇਆ, ਉਹਨਾਂ ਕੋਲ ਬਹੁਤ ਬਿਹਤਰੀਨ ਪ੍ਰੋਗਰਾਮ ਹੈ, $18,000 ਫੀਸ ਦੇ ਵਿੱਚ ਪੂਰਾ ਲਗਭਗ 2 ਸਾਲ ਦਾ ਪ੍ਰੋਗਰਾਮ ਅਵੇਲੇਬਲ ਹੈ। ਸੋ ਫਾਰਮਾਸਿਸਟ ਹੋਇਆ, ਚਾਹੇ ਤੁਸੀਂ ਉੱਥੇ ਕੋਈ ਮੈਡੀਕਲ ਪ੍ਰੋਫੈਸ਼ਨ ਕਰਨਾ ਚਾਹੁੰਦੇ ਹੋ, ਨਰਸਿੰਗ ਅਤੇ ਡਾਕਟਰੀ ਨੂੰ ਛੱਡ ਕੇ ਜਿਹੜੀਆਂ ਅਲਾਈਡ ਹੈਲਥ ਦੀਆਂ ਨੇ, ਲੈਬ ਟੈਕਨੀਸ਼ੀਅਨ ਨੇ, ਉਹਨਾਂ ਚੀਜ਼ਾਂ ਦੀ ਵੀ ਆਪਸ਼ਨਸ ਅਵੇਲੇਬਲ ਹੈ। ਅਕਸਰ ਕਿਉਂਕਿ ਅਸੀਂ ਬਿਜ਼ਨਸ, IT ਅਤੇ ਇੰਜੀਨੀਅਰਿੰਗ ਦੀ ਗੱਲਾਂ ਜ਼ਿਆਦਾ ਕਰ ਜਾਂਦੇ ਹਾਂ, ਇਹਨਾਂ ਪ੍ਰੋਗਰਾਮਸ ਕਿਤੇ ਨਾ ਕਿਤੇ ਵਾਂਝੇ ਰਹਿ ਜਾਂਦੇ ਨੇ। ਸੋ ਆਪਸ਼ਨਸ ਇਹਨਾਂ ਸਾਰਿਆਂ ਲਈ ਵੀ ਨਿਊਜ਼ੀਲੈਂਡ ਦੇ ਵਿੱਚ ਹੈਗੀਆਂ। ਹਾਂ, ਆਸਟ੍ਰੇਲੀਆ ਵੱਲ ਨੂੰ ਆਵਾਂਗੇ। ਆਸਟ੍ਰੇਲੀਆ ਜੇਕਰ ਦੇਖਿਆ ਜਾਏ, ਕਿਤੇ ਨਾ ਕਿਤੇ ਸਮਝ ਵੀ ਨਹੀਂ ਆ ਰਿਹਾ ਸਟੂਡੈਂਟ ਨੂੰ, ਅਤੇ 10 ਦਿਨਾਂ ਬਾਅਦ ਗੱਲਾਂ ਬਦਲ ਜਾਂਦੀਆਂ ਨੇ ਆਸਟ੍ਰੇਲੀਆ ਦੀਆਂ, ਕਦੇ ਲੱਗਦਾ ਵੀਜ਼ਾ ਆਉਣਗੇ, ਕਦੇ ਲੱਗਦਾ ਫਿਰ ਰਿਜੈਕਸ਼ਨ ਹੋਣਗੀਆਂ, ਅੱਜ ਦੇ ਕੀ ਹਾਲਾਤ ਨੇ? ਆਸਟ੍ਰੇਲੀਆ ਬਿਲਕੁਲ ਇੱਕ ਕਨਫਿਊਜ਼ਨ ਦਾ ਘਰ ਬਣਿਆ ਹੋਇਆ ਹੈ। ਬੱਚਿਆਂ ਨੂੰ ਵੀਜ਼ਾ ਤਾਂ ਬੜੀ ਦੂਰ ਦੀ ਗੱਲ ਹੈ, ਆਫਰ ਲੈਟਰ ਲਈ ਕਈ ਕਈ ਮਹੀਨੇ ਲੱਗ ਗਏ। ਕੋਈ ਬੱਚਾ ਇਹ ਸੋਚਦਾ ਵੀ ਏਜੰਟ ਨੇ ਜਾਣ ਕੇ ਮੇਰੀ 4 ਮਹੀਨੇ ਆਫਰ ਨਹੀਂ ਮੰਗਾਈ, ਜਾਂ ਏਜੰਟ ਨੇ 2 ਮਹੀਨੇ ਮੈਨੂੰ ਖੱਜਲ ਕਰਤਾ, ਮੇਰਾ ਨਹੀਂ ਖਿਆਲ ਵੀ ਕੋਈ ਜਾਣ ਕੇ ਖੱਜਲ ਕਰੂਗਾ। ਆਸਟ੍ਰੇਲੀਆ ਦੇ ਕਾਲਜ ਇੱਕ ਇੱਕ ਬੱਚਾ 2-2, 3-3 ਥਾਂ 'ਤੇ ਅਪਲਾਈ ਕਰਾਉਣਾ ਪੈਂਦਾ, ਕਿਉਂਕਿ ਕਾਲਜ ਕਿਸੇ ਵੇਲੇ ਆਪਣਾ GTE ਕ੍ਰਾਈਟੇਰੀਆ ਚੇਂਜ ਕਰ ਦਿੰਦਾ। ਦੂਜੇ ਪਾਸੇ ਇਸ ਸਖਤਾਈ ਤੋਂ ਬਾਅਦ ਵੀਜ਼ੇ ਆ ਰਹੇ ਨੇ। ਸੋ ਅੱਜ ਵੀ ਮੇਰੇ ਕੋਲ ਵੀਜ਼ਾ ਆਇਆ, ਤੁਸੀਂ ਦਫ਼ਤਰ ਆ ਕੇ ਦੇਖ ਸਕਦੇ ਹੋ। ਸੋ ਅੱਜ ਵੀ ਵੀਜ਼ਾਸ ਆ ਰਹੇ ਨੇ, ਮੁੰਡਾ 2013 ਪਾਸ ਆਊਟ ਆ, 12 ਪਾਸ ਆਊਟ, ਉਸ ਤੋਂ ਬਾਅਦ ਜੈਨੂਇਨ ਜੋਬ ਹੈ, ਤਨਖਾਹ ਖਾਤੇ ਜਾਂਦੀ, ਵੀਜ਼ਾ ਗ੍ਰਾਂਟ ਹੋਇਆ। ਸੋ ਕਿਤੇ ਨਾ ਕਿਤੇ ਜਿੱਥੇ ਸੱਚ ਹੈ, ਆਸਟ੍ਰੇਲੀਆ ਅੱਜ ਵੀ ਵੀਜ਼ਾਸ ਦੇ ਰਿਹਾ, ਪਰ ਜਿਹੜੀ ਪ੍ਰੋਬਲਮ ਆ ਰਹੀ ਬੇਸਿਕ, ਉਹ ਕੁਆਲਿਟੀ ਨੂੰ ਲੈ ਕੇ ਆ ਰਹੀ ਕਿ ਉਹ ਕੀ ਚਾਹੁੰਦਾ। ਅੱਜ 45% ਵਾਲਾ, 50% ਵਾਲਾ, 52% ਵਾਲਾ ਹਿਸਟਰੀ, ਫਿਜ਼ੀਕਲ ਐਜੂਕੇਸ਼ਨ, ਪੰਜਾਬੀ ਇਲੈਕਟਿਵ ਵਾਲੇ ਬੱਚੇ ਨੂੰ ਕੋਈ ਆਫਰ ਹੀ ਨਹੀਂ ਦੇ ਰਿਹਾ। ਸੋ ਉਹ ਬੱਚਾ ਤੰਗ ਹੋ ਰਿਹਾ, ਉਹ ਬੱਚੇ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਕਿ ਮੇਰਾ ਏਜੰਟ ਨੇ ਮੇਰਾ ਬੇਵਕੂਫ ਬਣਾਤਾ, ਮੇਰੇ 9 ਮਹੀਨੇ ਟਾਈਮ ਖਰਾਬ ਹੋ ਗਏ। ਇਹ ਅੰਡਰਸਟੈਂਡ ਕਰੋ ਕਿ ਜੇ 2-2, 3-3 ਆਫਰ ਲੈਟਰਾਂ ਮਿਲਣ ਤੋਂ ਬਾਅਦ ਕਾਲਜਾਂ ਨੇ ਨਾ ਕਰਤੀ, ਕਿਉਂ ਕਹੀ। ਸੋ ਅੱਜ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਬੜੀਆਂ ਕਲੀਅਰ ਲੱਗਦਾ ਹਿਦਾਇਤਾਂ ਦਿੱਤੀਆਂ ਨੇ ਕਾਲਜਸ ਨੂੰ ਜੈਨੂਇਨ ਟੈਂਪਰੇਰੀ ਐਂਟਰੈਂਸ ਨੂੰ ਲੈ ਕੇ, ਉਹਦੇ ਉੱਪਰ ਪੂਰੀ ਪੁਸ਼ਟੀ ਕੀਤੀ ਜਾ ਰਹੀ। ਦੂਜੇ ਪਾਸੇ ਆਸਟ੍ਰੇਲੀਆ ਬੰਦ ਨਹੀਂ ਹੋਇਆ। ਸੋ ਇੱਕ ਧਾਰਨਾ ਬਣਾਤੀ ਜਾਣੀ ਹੈ ਹੁਣ ਕਿ ਆਸਟ੍ਰੇਲੀਆ ਦੇ ਵੀਜ਼ਾਸ ਨਹੀਂ ਆਉਣੇ ਜੀ, ਆਸਟ੍ਰੇਲੀਆ ਬੰਦ ਹੋ ਗਿਆ, ਤੁਸੀਂ ਹੁਣ ਪੋਲੈਂਡ ਚਲ ਜਾਓ, ਤੁਸੀਂ ਹੁਣ ਸਾਈਪ੍ਰਸ ਚਲ ਜਾਓ, ਤੁਸੀਂ ਹੁਣ ਸਿੰਗਾਪੁਰ ਚਲ ਜਾਓ, ਤੁਸੀਂ ਹੁਣ ਕਿਤੇ ਹੋਰ ਚਲ ਜਾਓ। ਸੋ ਇਹ ਨਹੀਂ ਹੋਇਆ, ਜੇ ਤੁਹਾਡਾ ਪ੍ਰੋਫਾਈਲ ਓਕੇ ਹੈ, ਵੇਟ ਐਂਡ ਵਾਚ ਕਰੋ, ਕੋਈ ਪ੍ਰੋਬਲਮ ਨਹੀਂ ਹੈ। 2015 ਪਾਸ ਆਊਟ ਹੋ, ਕੋਈ ਗੈਪ ਨੂੰ ਫਾਹਾ ਨਹੀਂ ਪੈ ਗਿਆ। 2014 ਪਾਸ ਆਊਟ ਹੋ, 55-60% ਨੰਬਰ ਅਪਲਾਈ ਕਰ ਸਕਦੇ ਹੋ। ਸੋ ਕਿਤੇ ਨਾ ਕਿਤੇ ਆਪਾਂ ਜੇ ਹਾਲਾਤ ਐਕਸਪਲੇਨ ਕਰ ਦੇ ਕਿ ਮੈਂ ਕੀ ਕੀਤਾ, ਕੀ ਨਹੀਂ ਕੀਤਾ, ਵੀਜ਼ਾਸ ਆਉਣ ਦੀ ਸੰਭਾਵਨਾ ਵੀ ਹੈ। ਇੱਕ ਚੀਜ਼ ਹੋਰ ਸੀ, ਜਦੋਂ ਸ਼ਰਤਾਂ ਪੂਰੀਆਂ ਕਰ ਰਿਹਾ ਸਟੂਡੈਂਟ, ਜਾਂ ਗਾਈਡਲਾਈਨ ਜਿਹੜੀਆਂ ਦਿੱਤੀਆਂ ਗਈਆਂ ਨੇ ਆਸਟ੍ਰੇਲੀਆ ਵੱਲੋਂ, ਫਿਰ ਵੀ ਕਿਤੇ ਨਾ ਕਿਤੇ ਉਹਨਾਂ ਸਟੂਡੈਂਟ ਦੀ ਰਿਜੈਕਸ਼ਨ ਆ ਰਹੀ ਹੈ, ਇੱਕ ਖਾਸ ਵਰਗ ਨੂੰ ਮਾਰ ਪੈ ਰਹੀ, ਨੋਨ ਅਕੈਡਮਿਕ ਦੀ ਜਿਹੜੀ ਗੱਲ ਕਰੀਏ, ਆਰਟਸ ਦੇ ਜਿਹੜੇ ਨੇ, ਤੁਸੀਂ ਕੀ ਦੇਖਦੇ ਹੋ? ਜ਼ਿਆਦਾ ਟੈਕਨੀਕਲ ਹੈ ਜਾਂ ਬੱਚੇ ਫਿਲਟਰ ਕੀਤੇ ਜਾ ਰਹੇ ਨੇ? ਬੱਚੇ ਫਿਲਟਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਿੱਛੇ ਬਹੁਤ ਰਿਜੈਕਸ਼ਨਸ ਆਈਆਂ, ਉਸ ਤੋਂ ਬਾਅਦ ਆਲਮ ਚੰਗਾ ਹੋ ਗਿਆ। ਕਿਤੇ ਨਾ ਕਿਤੇ ਇੱਕ ਸਿਗਨਲ ਹੈ ਕਾਲਜਸ ਨੂੰ ਕਿ ਕੁਆਲਿਟੀ ਐਪਲੀਕੇਸ਼ਨ ਲੈ ਲਓ, ਸਿਰਫ ਆਸਟ੍ਰੇਲੀਆ ਪਹੁੰਚਣ ਵਾਲੀ ਮੁਹਿੰਮ ਨੂੰ ਅੱਜ ਕਾਮਯਾਬੀ ਨਹੀਂ ਮਿਲਣੀ, ਜਿਹੜੇ ਸੋਚ ਕੇ
ਦਰਸ਼ਕਾਂ ਦਾ ਜਿਹੜੇ ਸ਼ੋਅ ਨਾਲ ਲਗਾਤਾਰ ਜੁੜ ਰਹਿੰਦੇ ਨੇ। ਸਾਡੇ ਤੱਕ ਕੋਈ ਵੀ ਆਪਣਾ ਸਵਾਲ ਪਹੁੰਚਾਉਣਾ ਚਾਹੁੰਦੇ ਹੋ ਸਾਡੇ ਫੇਸਬੁੱਕ ਪੇਜ਼ ਇਮੀਗ੍ਰੇਸ਼ਨ ਅਪਡੇਟ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ। ਸੋ ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਆਪਣੇ ਦੋਸਤ ਕੁਲਦੀਪ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ। We'll be right back.